मंगत जिंदल टूडे न्यूज़ दे लाइव प्रोग्राम खरिया खरिया गल्लां विच तुहाडा स्वागत है। साडे नाल रोजाना वांग जुड़े ने हरिंदर निक्का जी। निक्का जी स्वागत है। निक्का जी जिहड़े पंजाब दे सिक्ख्या मंत्री ने मीत हेयर हो रहे इन्हां नूं मास्टर नहीं टिकण दिंदे। शनिवार एतवार आ गया उन्हां दा तां कल ते परसों दा दिन है। अज कहिंदे कांग्रेस प्रधान जिहड़े राजा बड़िंग ने ਉਹ ਇਹਨਾਂ ਨੂੰ ਵਿਪਤਾ ਛੇੜ ਗਏ। ਇਹਨਾਂ ਦੇ ਘਰ 'ਚ ਆ ਕੇ ਆਮ ਆਦਮੀ ਪਾਰਟੀ ਨੂੰ ਚੈਲੰਜ ਕਰ ਗਏ ਕਿ ਜੇ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਹਵਾ ਵੱਲ ਝਾਕ ਕੇ ਤਾਂ ਖਬਰਦਾਰ। ਕੀ ਕਹੋਗੇ ਨਿੱਕਾ ਜੀ? ਮੰਗੇ ਜੀ ਬਿਲਕੁਲ ਠੀਕ ਹੈ ਗੱਲ ਵੀ ਜਿਹੜਾ ਅਮਰਿੰਦਰ ਸਿੰਘ ਰਾਜਾ ਬੜਿੰਗ ਦੇਖੋ ਉਹ ਬਹੁਤ ਚੰਗੇ ਬੁਲਾਰੇ ਨੇ ਅਤੇ ਬੇਸ ਰੱਖਣ ਵਾਲੇ ਆਗੂ ਨੇ ਅਤੇ ਉਹਨਾਂ ਨੂੰ ਲੜਨ ਦਾ ਤਜਰਬਾ ਵੀ ਹੈ। ਠੀਕ ਹੈ ਜੀ। ਤਜਰਬਾ ਕਿਸ ਤਰ੍ਹਾਂ ਹੁਣ ਵੀ ਉਹ ਤਿੰਨ ਵਾਰ ਆਏ ਮੰਨ ਲਓ ਵੀ ਉਹ ਬਾਦਲਾਂ ਦੇ ਗੜ੍ਹ ਦੇ ਵਿੱਚ ਯਾਨੀ ਆਸੇ ਪਾਸੇ ਸੀਟਾਂ ਜਿਹੜੀਆਂ ਉਹ ਤਾਂ ਜਿੱਤਦੇ ਰਹੇ ਨੇ ਮਤਲਬ ਅਕਾਲੀ ਦਲ ਜਿੱਦਾਂ ਰਿਹਾ। ਠੀਕ ਹੈ ਜੀ। ਅਤੇ ਉਹ ਜਿਹੜੀਆਂ ਉਹ ਵਿਚਾਲੇ ਗਿੱਦੜਵਾਹਾ ਸੀਟ ਸੀ ਉਹ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤਣਾ ਠੀਕ ਹੈ ਜੀ ਆਪਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ। ਯਾਨੀ ਉਹਨਾਂ ਨੂੰ ਇੱਕ ਲੜਨ ਦਾ ਤਜਰਬਾ ਹੈ ਅਤੇ ਕਿਵੇਂ ਲੜਨਾ ਉਹਦੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ। ਹੁਣ ਜਿਹੜੀ ਰਾਜਨੀਤਿਕ ਲੋਕਾਂ ਦੀ ਲੜਾਈ ਹੈ ਇਹ ਕੋਈ ਡਾਂਗਾਂ ਸੋਟਿਆਂ ਦੀ ਲੜਾਈ ਤਾਂ ਹੈ ਨਹੀਂ। ਬਿਲਕੁਲ ਜੀ। ਇਹ ਲੜਾਈ ਤਾਂ ਵੀ ਲੋਕਾਂ ਦਾ ਨਾਲ ਲੋਕਾਂ ਨੂੰ ਕਿਵੇਂ ਲੈ ਕੇ ਚੱਲਣਾ ਹੈ ਉਹਦੇ 'ਚ ਉਹ ਬੜੀ ਮੁਹਾਰਤ ਰੱਖਦੇ ਆ। ਠੀਕ ਹੈ ਜੀ। ਅਤੇ ਇਸ ਕਰਕੇ ਅੱਜ ਜਿਹੜਾ ਉਹਨਾਂ ਨੇ ਵੰਗਾਰਿਆ ਹਾਂਜੀ ਦੇਖੋ ਕਾਂਗਰਸ ਪਾਰਟੀ ਦਾ ਇੱਥੇ ਕਬਜ਼ਾ ਨਗਰ ਕੌਂਸਲ ਬਰਨਾਲਾ 'ਤੇ ਗੁਰਜੀਤ ਸਿੰਘ ਰਾਮਣ ਵਾਸੀਆ ਪ੍ਰਧਾਨ ਨੇ। ਠੀਕ ਹੈ ਜੀ। ਪਿਛਲੇ ਜਦੋਂ ਤੋਂ ਸਰਕਾਰ ਬਣੀ ਹੈ ਲਗਭਗ ਉਦੋਂ ਤੋਂ ਹੀ ਮਤਲਬ ਗਾਹੇ ਬਗਾਹੇ ਉਹਨਾਂ 'ਤੇ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਉਹ ਅਹੁਦਾ ਛੱਡ ਦੇਣ। ਠੀਕ ਹੈ। ਜੇ ਨਾ ਛੱਡਿਆ ਤਾਂ ਵੀ ਤੁਹਾਡੇ 'ਤੇ ਕੋਈ ਪਰਚਾ ਦਰਜ ਕਰਕੇ ਹੋਰ ਕਰਕੇ ਯਾਨੀ ਲਗਾਤਾਰ ਦਬਾਅ ਪਾਇਆ ਜਾ ਰਿਹਾ ਅਤੇ ਜਿਹੜਾ ਉਹ ਫੇਸ ਕਰ ਰਹੇ ਸੀ। ਠੀਕ ਹੈ ਜੀ। ਅੱਜ ਜੇ ਕਿਉਂ ਜਿਹੜਾ ਦੇਖੋ ਕੋਈ ਵੀ ਪਾਰਟੀ ਦਾ ਪ੍ਰਧਾਨ ਹੈ ਜੇ ਉਹ ਆਪਦੇ ਵਰਕਰਾਂ ਨੂੰ ਆਪਦੇ ਆਗੂਆਂ ਨੂੰ ਉਹਨਾਂ ਨੂੰ ਹੌਸਲੇ 'ਚ ਰੱਖਦਾ ਹੈ ਤਾਂ ਹੀ ਉਹਦੀ ਪ੍ਰਧਾਨਗੀ ਚੱਲਣੀ ਹੈ। ਬਿਲਕੁਲ ਬਿਲਕੁਲ। ਅੱਜ ਉਹਨਾਂ ਨੇ ਜਿਹੜਾ ਇੱਥੇ ਲਲਕਾਰਾ ਮਾਰਤਾ ਆ ਕੇ ਹਾਂਜੀ ਵੀ ਉਹਨਾਂ ਨੇ ਸਾਫ਼ ਕਿਹਾ ਮੈਂ ਉਹ ਪ੍ਰੋਗਰਾਮ ਦੇ ਵਿੱਚ ਬੈਠਾ ਸੀ ਵੀ ਇੱਕ ਤਾਂ ਹੁੰਦਾ ਲੋਕ ਅਪੀਲ ਕਰਦੇ ਵੀ ਇਹਨਾਂ ਨਾਲ ਕੋਈ ਧੱਕਾ ਨਾ ਹੋ ਜੇ। ਠੀਕ ਹੈ। ਠੀਕ ਹੈ। ਉਹਨੇ ਪੂਰਾ ਜਿਵੇਂ ਲਲਕਾਰਦੇ ਜਿਵੇਂ ਉਹ ਲਾਲ ਡੇਅਰੀ ਵਾਲਿਆਂ ਦੀ ਗੱਲ ਕਰਦਾ ਸੀ ਨਾ ਬਾਦਲਾਂ ਦੀ। ਠੀਕ ਹੈ ਜੀ। ਵੀ ਕਹਿੰਦਾ ਮੈਂ ਲਾਲ ਡੇਅਰੀ ਵਾਲਿਆਂ ਦਾ ਦੇਖੂੰ ਉਹੀ ਗੱਲ ਅੱਜ ਉਹਨੇ ਕਹੀ ਹੈ ਇੱਥੇ ਐਂ ਮੰਨ ਲਓ ਮੀਤ ਹੇਰ ਦੇ ਜਾਂ ਆਪਾਂ ਕਹਿ ਦਈਏ ਆਮ ਆਦਮੀ ਪਾਰਟੀ ਦੇ ਗੜ੍ਹ 'ਚ। ਹਾਂਜੀ। ਗੜ੍ਹ ਇਸ ਕਰਕੇ ਵੀ ਤਿੰਨੇ ਸੀਟਾਂ ਪਿਛਲੇ ਵਾਰੀ ਉਹਨਾਂ ਕੋਲ ਸੀ। ਬਿਲਕੁਲ ਬਿਲਕੁਲ। ਤਿੰਨੇ ਹੁਣ ਉਹਨਾਂ ਕੋਲ ਆ ਗਈਆਂ। ਲੋਕ ਸਭਾ ਦੀ ਸੀਟ ਹੈ ਜਿਹੜੀ ਉਹ ਦੋ ਵਾਰੀ ਜਿੱਤ ਗਏ। ਠੀਕ ਹੈ। ਭਗਵੰਤ ਯਾਨੀ ਇੱਥੇ ਆ ਕੇ ਉਹਦਾ ਇਹ ਲਲਕਾਰਾ ਮਾਰਨਾ। ਠੀਕ ਹੈ। ਵੀ ਆਪ ਵਾਲਿਓ ਕਾਇਮ ਰਹਿਓ ਵੀ ਤੁਸੀਂ ਇੱਥੇ ਜੇ ਪ੍ਰਧਾਨ ਦੀ ਹਵਾ ਬੰਨੀ ਵੀ ਝਾਕ ਗਏ। ਠੀਕ ਹੈ। ਵੀ ਅਸੀਂ ਚੀਕਾਂ ਪਾ ਦਿਆਂਗੇ। ਕਹਿੰਦਾ ਪ੍ਰਧਾਨ ਜੀ ਤੁਸੀਂ ਕਹਿੰਦਾ ਇੱਕ ਗੱਲ ਨੋਟ ਕਰ ਲਿਓ ਚਾਹੇ ਅੱਧੀ ਰਾਤ ਕਹਿੰਦਾ ਮੈਨੂੰ ਤੁਸੀਂ ਮਤਲਬ ਦੱਸ ਦਿਓ ਬੁਲਾ ਲਿਓ। ਠੀਕ ਹੈ। ਕਹਿੰਦਾ 2 ਘੰਟੇ ਮੈਨੂੰ ਗਿੱਦੜਵਾਹੇ ਤੋਂ ਲੱਗਦੇ ਆ ਅਤੇ 2 ਘੰਟੇ ਚੰਡੀਗੜ੍ਹ ਤੋਂ ਮੈਂ ਤੁਹਾਡੇ ਕੋਲ ਪਹੁੰਚੂ। ਠੀਕ ਹੈ। ਯਾਨੀ ਇਸ ਤਰ੍ਹਾਂ ਦੇ ਨਾਲ ਜਿਹੜੇ ਵਰਕਰ ਹੈ ਅਤੇ ਆਗੂ ਨੇ ਉਹਨਾਂ ਦਾ ਹੌਸਲਾ ਵੱਧਦਾ। ਠੀਕ ਹੈ। ਯਾਨੀ ਜਿਹੜੇ ਪਰਪਜ਼ ਲਈ ਉਹ ਆਏ ਸੀ ਉਹ ਤਾਂ ਕਾਮਯਾਬ ਰਿਹਾ ਉਹਨਾਂ ਦਾ। ਬਿਲਕੁਲ ਬਿਲਕੁਲ। ਨਿੱਕਾ ਜੀ ਜਿਵੇਂ ਆਪਾਂ ਕਹਿੰਦੇ ਹਾਂਗੇ ਕਿ ਕਾਂਗਰਸ ਦੇ ਜਿਹੜੇ ਵਰਕਰ ਹੈ ਉਹ ਹਾਰ ਤੋਂ ਬਾਅਦ ਡਿਮੋਰੇਲਾਈਜ਼ ਹੋਏ ਵੇ ਸੀਗੇ ਉਹਨਾਂ ਦਾ ਹੌਸਲਾ ਡਿੱਗਿਆ ਵਾ ਸੀਗਾ। ਅੱਜ ਉਹਨਾਂ ਨੇ ਲਗਭਗ ਜਿਹੜੇ ਸਾਰੇ ਧੜੇ ਸੀਗੇ ਉਹ ਇੱਕ ਮੰਚ ਦੇ ਉੱਪਰ ਇਕੱਠੇ ਕਰ ਲਏ। ਅਤੇ ਦੂਜੀ ਗੱਲ ਕਿ ਜਿਹੜੇ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਸੁਨੀਲ ਜਾਖੜ ਉਹਨਾਂ ਨੇ ਇਹ ਵੀ ਇੱਕ ਗੱਲ ਵੱਡੀ ਕਹਿ ਦਿੱਤੀ ਹੈ ਕਿ ਜੇ ਸੁਨੀਲ ਜਾਖੜ ਸੰਗਰੂਰ ਲੋਕ ਸਭਾ ਸੀਟ ਤੋਂ ਖੜਨਗੇ ਤਾਂ ਮੈਂ ਬਰਾਬਰ ਖੜਾਂ। ਇਸ ਬਾਰੇ ਮੰਗਤ ਜੀ ਤੁਸੀਂ ਬਿਲਕੁਲ ਇਹ ਗੱਲ ਠੀਕ ਕਹਿ ਰਹੇ ਹੋ। ਯਾਨੀ ਇੱਕ ਤਾਂ ਉਹ ਅਗਰੈਸਿਵ ਮੋਡ 'ਤੇ ਸੀ ਅੱਜ। ਠੀਕ ਹੈ ਜੀ। ਰਾਜਾ ਬੜਿੰਗ ਉਹਨਾਂ ਨੇ ਇੱਕੋ ਹੀ ਗੱਲ ਕਹੀ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਪਹਿਲਾਂ ਤਾਂ ਉਹਨਾਂ ਨੇ ਦੇਖੋ ਇਹ ਅਹੁਦੇ ਗਿਣੇ ਉਹਨਾਂ ਦੇ ਵੀ ਹੁਣ ਤੱਕ ਕਾਂਗਰਸ ਪਾਰਟੀ ਨੇ ਉਹਨਾਂ ਦੇ ਪਰਿਵਾਰ ਨੂੰ CM ਨੂੰ ਛੱਡ ਕੇ ਵੀ ਇਕੱਲਾ ਮੁੱਖ ਮੰਤਰੀ ਨਹੀਂ ਬਣਾਇਆ ਉਹਨਾਂ ਦੇ ਪਰਿਵਾਰ 'ਚੋਂ ਅਤੇ ਪਰ ਉਹਨਾਂ ਨੂੰ 18 ਚੋਣਾਂ ਲੜਾਈਆਂ ਅਤੇ ਹਰ ਅਹੁਦਾ ਜਿਹੜਾ ਉਹਨਾਂ ਨੂੰ ਲਾ ਕੇਂਦਰੀ ਮੰਤਰੀ ਤੱਕ ਦਾ CLP ਦਾ ਪੰਜਾਬ ਦੇ ਪ੍ਰਧਾਨ ਦਾ ਅਤੇ ਵੀ ਬਾਹਰਲੇ ਰਾਜਾਂ ਦੇ ਵਿੱਚੋਂ ਵੀ ਚੋਣਾਂ ਵੀ ਉਹਨਾਂ ਨੂੰ ਜਿਤਾਈਆਂ ਉਹਨਾਂ ਦੇ ਪਰਿਵਾਰ ਦੇ ਵਿੱਚ ਅਹੁਦਾ ਦਿੱਤਾ ਅਤੇ ਅੱਜ ਵੀ ਹਾਲਤ ਇਹ ਵੀ ਕਹਿੰਦੇ ਉਹਨਾਂ ਦਾ ਭਤੀਜੇ ਤੱਕ ਨੂੰ ਮਤਲਬ MLA ਬਣਾਇਆ ਕਾਂਗਰਸ ਪਾਰਟੀ ਨੇ। ਯਾਨੀ ਉਹਨਾਂ ਨੂੰ ਉਹਨਾਂ ਨੇ ਇਹੋ ਜਿਹੀ ਵੜਕ ਮਾਰੀ ਹੈ ਵੀ ਹੁਣ ਜੇ ਥੋੜ੍ਹੀ ਬਹੁਤ ਵੀ ਉਹਨਾਂ ਨੇ ਇੱਕ ਕਿਹਾ ਕਹਿੰਦਾ ਵੀ ਜੇ ਕਿਤੇ ਸੁਨੀਲ ਜਾਖੜ ਕਹਿੰਦਾ ਸਾਨੂੰ ਐਂ ਲੱਗਦਾ ਵੀ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ ਕਹਿੰਦਾ ਉਹ ਬਾਹਰੋਂ ਦਾ ਬੇਸ਼ੱਕ ਚੋਣ ਲੜਨ ਵੀ ਇੱਥੇ ਉਹ ਹਿੰਮਤ ਨਹੀਂ ਕਰ ਸਕਦੇ ਚੋਣ ਲੜਨ ਦੀ। ਨਾਲ ਹੀ ਉਹਨਾਂ ਨੇ ਇਹ ਕਹਿਤਾ ਵੀ ਜੇ ਸੁਨੀਲ ਜਾਖੜ ਨੂੰ ਭਾਰਤੀ ਜਨਤਾ ਪਾਰਟੀ ਇੱਥੇ ਚੋਣ ਲੜਾਉਂਦੀ ਹੈ ਜਾਂ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਸੁਨੀਲ ਜਾਖੜ ਚੋਣ ਲੜਦਾ ਤਾਂ ਰਾਜਾ ਬੜਿੰਗਾ ਕਹਿੰਦਾ ਜਿਹੜਾ ਉਹਦੇ ਮੁਕਾਬਲੇ ਚੋਣ ਲੜੂਗਾ। ਠੀਕ ਹੈ ਜੀ। ਅਤੇ ਇਹ ਗੱਲ ਕਹਿ ਦੇਣੀ ਇਹਦੇ ਕਈ ਤਰ੍ਹਾਂ ਦੇ ਰਾਜਨੀਤਿਕ ਮਿਹਣੇ ਆ। ਇੱਕ ਤਾਂ ਦੇਖੋ ਉਹਨਾਂ ਨੇ ਜਿਹੜਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਉਹ ਐਂ ਮੰਨ ਲਓ ਵੀ ਉਹਨਾਂ ਨੇ ਧੁਰਾ ਜਿਹੜਾ
वो लोग सभा हलका संगरूर ही बनाया, वो धूरी भी गए ने, लहरेक अगे भी गए ने, संगरूर भी गए ने, ठीक है जी, इत आ गए। हाँ जी, तो जो एक नाल कह रहे थे भी मैं पिंड पिंड वर्करा को जाऊँ भी ये गल संकेत करती है भी वह क्यों जी आम आदमी पार्टी की परख की घड़ी है वह तो हूँ आने वाली है। लोग सभा सीट है जी भगवंत मान साहब करके खाली हुई है। हाँ जी, हाँ, तो बहुत बड़ा चैलेंज है। बिल्कुल, तो उसके लिए ऐ मान लो भी अज का जो कट सी मान लो भी उन्होंने एक तरह आप कह दिए भी लोग सभा चोण की तैयारी शुरू करती इतने, ठीक है जी, भी चोण हूँ उन्होंने बेशक कहता वह तो जिम्मे ऐ कह दिता भी जिमें मैदान बनाने की गल हों, ठीक है जी, भी मैदान है जोड़ा बनाया किमें जाए, ठीक है, उन्होंने एक जिमें आप कह दिए आपके तर्कश जोड़ा तर्कश है वो आपके पत्थे के एक तीर क्ड के चलाता वो निशाना नाले तो जानी कहें कहीं पे नगाहें कहीं पे निशाना, ठीक है जी, उन्हें निशाना तो ये लाता भी सुनील जाकड़ इतने चोन लड़के दिखावे, ठीक है, हो सकता मन राजा बड़िंग तो आपका भी बनता हो। हाँ, बिल्कुल बिल्कुल, भी लोग सभा की चोन क्यों देखो पहला उन्हें लोग सभा की चोन बठिंडे तो भी चोन लड़ी है ना हरसिमरत कौर बादल के मुकाबले। हाँ जी, हाँ जी, मतलब उन्होंने चोन लड़ी है बड़े कामयाबी नाल चोन लड़ी है, बेशक जिवें ऐतकी उन्होंने कहा सी ना भी बादल सारे हरा दिओ, भी असल च ऐ मान लो वो बादलों तो पीड़ित इन्ना है। हाँ जी, हाँ, ते जिदे करके वो तो यह मौका खुंझन नहीं दिंदा। बिल्कुल बिल्कुल, इस करके उन्हां दा जिहड़ा इत्थे जिहड़ा तुसीं धड़ेबाजी की गल की है असल दे विच तां ऐ मान लो जदों तो मनीष बंसल ने कमांड संभाली है, ठीक है, धड़े तो सारे कांग्रेस के खत्म हो गए ना, ठीक है जी, ऐ मान लो जिन्हां दा आपदा धड़ा होना सी उन्होंने कांग्रेस पार्टी ने कढ़ता। बिल्कुल बिल्कुल, तो एंट्री का रास्ता कोई नहीं है, केवल सिंह ढिल्लों तो मेरी मुराद है भी जो केवल सिंह ढिल्लों उन्होंने ही धड़ा होना सी। बिल्कुल बिल्कुल, तो इस करके मैनू ऐ लगता भी कांग्रेस पार्टी की धड़ेबंदी भी खत्म हुई है, ठीक है जी, तो नाल आए भी जिवें इन्हां दिनां दे विच डिमोरलाइज सीगी जी इतों की लीडरशिप कह लो जां वर्कर सी उन्होंने विच डर भी सी, ठीक है जी, आम आदमी पार्टी वाले वालों एक दबाव बनाया जा रहा सी, ठीक है जी, ते वो सारे दे विचों ऐ मान लो भी वो कांग्रेस पार्टी के जो वर्कर ते आगू सी अज उन्होंने विच जोश भरन का कम करके गए ने, जो उन्होंने आपके भाषण है जिहड़ा ठीक है करीब 2 घंटे लेट पहुँचे, ठीक है जी, दिते हुए समय तो उदू बाद जो वह आ गए तो लोगों ने जिमें टिक टिकी ला के कह दिए या पिन साइलेंस इस तरह वर्कर ने ते लीडर ने सुनया, हालांकि 8:30 बजे तक वो बोलते रहे, ठीक है जी, उदों भी उन्होंने कहा भी हुण मैं बंद कर दिया, फिर भी अजे लोग कह रहे थे अजे बोलता रहे। बिल्कुल बिल्कुल, जो चले गए उतो मतलब जा रहे थे तो वर्कर के बिच उन्हों की हर वर्कर की जवान से चाहे छोटा लीडर से चाहे बड़ा सी वो ऐ कहते लीडर तो होवे राजे वर्गा हो। हाँ जी, हाँ, भी राजा राजा बिल्कुल करा के बरनाले चाके। बिल्कुल बिल्कुल, निका जी कहते होंगे भी अद्धी आबादी जां ये भी कहा जाता लेडीज़ फर्स्ट, मान लो कहिंदे अज उत्थे चक्कर पै गया कि कुछ लेडीज़ सोफियां दे उपर बैठिया सी ते उन्होंने हटा उतों उठा दिता गया ते बड़ी अग बबूला हो गई, की कहोगे निका जी? देखो वाकई गल ठीक है भी जी नारी शक्ति है। हाँ जी, तो मतलब इट ना इट खड़का दी है, ठीक है जी, अज भावें उत्थे जी औरतों की गिनती सी चुनिंदा जानी लीडर औरतां उहदे च आईयां सी कांग्रेस पार्टी दीयां, ठीक है, जिहड़ियां आगू ने ते उन्हां नूं पहला मतलब ये जिहड़ा घटनाक्रम दा तुसीं जिक्र करदे हो ये राजा बड़िंग दे पहुंचण तों पहलां दा घटनाक्रम, ठीक है जी, जिहड़ी लेट सी उह आईयां ਤਾਂ ਆ ਕੇ ਉਹ ਜਿਹੜੇ ਸੋਫੇ ਲੱਗੇ ਸੀ ਜਿਵੇਂ ਮੰਚ ਕਹਿ ਦਈਏ ਆਪਾਂ, ਹਾਂਜੀ ਹਾਂਜੀ, ਵੀ ਉਹ ਬੇਸ਼ੱਕ ਵੱਖਰੀ ਸਟੇਜ ਨਹੀਂ ਸੀ ਬਣਾਈ ਗਈ, ਠੀਕ ਹੈ, ਪਰ ਉਹ ਇੱਕ ਤਰ੍ਹਾਂ ਦਾ ਐਂ ਮੰਨ ਲਓ ਉਹ ਹਿੱਸਾ ਮੰਚ ਦਾ ਸੀ, ਠੀਕ ਹੈ, ਉਹਦੇ 'ਤੇ ਜਿਹੜੀਆਂ ਲੇਡੀਜ਼ ਆਗੂ ਸੀ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਜਿਵੇਂ ਰਜਿੰਦਰ ਕੌਰ ਘਾਰੂ ਹੈ ਉਹ ਸੂਬਾ ਪੱਧਰੀ ਆਗੂ ਹੈ, ਠੀਕ ਹੈ ਜੀ, ਹੋਰ ਸੀ ਉੱਥੇ ਰਾਜਵਿੰਦਰ ਕੌਰ, ਠੀਕ ਹੈ, ਪਰਮਜੀਤ ਕੌਰ, ਇਸ ਤਰ੍ਹਾਂ ਮਤਲਬ ਜਿਹੜੀਆਂ ਆਗੂ ਦਰਜਾ ਦਰਜਾ ਬੈਠੀਆਂ ਸੀ ਉੱਥੋਂ ਨਰਿੰਦਰ ਸ਼ਰਮਾ ਮੰਚ ਸੰਚਾਲਕ ਸੀ, ਠੀਕ ਹੈ ਜੀ, ਉਹਨਾਂ ਨੇ ਉੱਥੋਂ ਇਹ ਕਹਿਤਾ ਵੀ ਮੇਰੀ ਬੇਨਤੀ ਹੈ ਵੀ ਜਿਹੜੀਆਂ ਬੀਬੀਆਂ ਨੇ ਸਾਡੀਆਂ ਆਗੂ ਵੀ ਉਹ ਇਹ ਸੋਫਿਆਂ ਤੋਂ ਉੱਠ ਕੇ, ਠੀਕ ਹੈ, ਵੀ ਉਹ ਸਾਹਮਣੇ ਜਿਹੜੀਆਂ ਆਮ ਪਬਲਿਕ ਵਾਲੀ ਜਿਹੜੀਆਂ ਕੁਰਸੀਆਂ ਸੀ ਵੀ ਉੱਥੇ ਬੈਠ ਕੇ ਚਲੇ, ਇੱਕ ਵਾਰ ਉੱਠ ਕੇ ਤਾਂ ਬਹਿ ਗਈਆਂ, ਠੀਕ ਹੈ ਜੀ, ਅਤੇ ਪਰ ਉੱਥੇ ਘੁਸਰ ਮਸਰ ਸ਼ੁਰੂ ਹੋ ਗਈ ਵੀ ਇਹ ਤਾਂ ਫਿਰ ਸਾਡੀ ਬੇਇੱਜ਼ਤੀ ਹੈ, ਠੀਕ ਹੈ ਜੀ, ਗੱਲ ਇਕੱਲੀ ਐ ਨਹੀਂ ਵੀ ਉਹਨਾਂ ਨੇ ਬੇਇੱਜ਼ਤੀ ਕਹੀ ਅਤੇ ਬੇਇੱਜ਼ਤੀ ਸੀ ਵੀ, ਇਹ ਗੱਲ ਜੇ ਕਿਤੇ ਨਰਿੰਦਰ ਸ਼ਰਮਾ ਉਹਨਾਂ ਦੇ ਕੋਲੇ ਆ ਕੇ ਵੈਸੇ ਕਹਿੰਦੇ ਹੋ ਸਕਦਾ ਇਹ ਮਾਹੌਲ ਨਾ ਬਣਦਾ, ਠੀਕ ਹੈ ਜੀ, ਤਾਂ ਉਹਨਾਂ ਨੇ 2-4 ਮਿੰਟ ਦੀ ਘੁਸਰ ਮੁਸਰ ਦੇਖੀ, ਅਖੀਰੀ ਉਹ ਪੂਰਾ ਮਤਲਬ ਜਿੰਨੀਆਂ ਵੀ ਲੇਡੀਜ਼ ਸੀ ਉੱਥੇ ਬੈਠੀਆਂ ਉਹ ਸਾਰੀਆਂ ਬਾਹਰ ਉੱਠ ਕੇ ਬਾਈਕਾਟ ਕਰਕੇ ਚਲੇ ਗਈਆਂ, ਆਪਣੇ ਨਾਲ ਲਾਉਣਾ ਪੱਤਰਕਾਰਾਂ ਵਾਲਾ ਐਂ ਮੰਨ ਲਓ ਉਹਨਾਂ ਦੇ ਇਕੱਠ ਨੂੰ ਛੱਡ ਕੇ ਅਤੇ ਲੀਡਰਾਂ ਦਾ ਭਾਸ਼ਣ ਛੱਡ ਕੇ ਉਹ ਉਹਨਾਂ ਦੇ ਮਗਰ ਹੋ ਤੁਰਿਆ, ਠੀਕ ਹੈ, ਜਿਹੜੀ ਨਤੀਜਾ ਉਹਦਾ ਇਹ ਰਿਹਾ ਵੀ ਉਹਨਾਂ ਨੂੰ ਮੋੜ ਕੇ ਲਿਆਉਣ ਲਈ ਮਨੀਸ਼ ਬਾਂਸਲ ਜੀ ਨੂੰ ਵੀ ਯਤਨ ਕਰਨੇ ਪਏ, ਠੀਕ ਹੈ ਜੀ, ਸੁਖਜੀਤ ਕੌਰ ਸੁੱਖੀ ਜਿਹੜੇ
ਉਹ ਆਗੂ ਨੇ ਮਹਿਲਾ ਆਗੂ ਨੇ ਸਟੇਟ ਪੱਧਰੀ ਠੀਕ ਹੈ ਉਹਨਾਂ ਦਾ ਇੱਕ ਸ਼ਾਇਦ ਨਰਿੰਦਰ ਕੌਰ ਕਰਕੇ ਨਾਮ ਸੀ ਉਹਨਾਂ ਦਾ ਠੀਕ ਹੈ ਜਿਹੜੇ ਬਠਿੰਡੇ ਤੋਂ ਮਤਲਬ ਵਰਕਿੰਗ ਪ੍ਰੈਜ਼ੀਡੈਂਟ ਨੇ ਮਹਿਲਾ ਵਿੰਗ ਦੇ ਠੀਕ ਹੈ ਜੀ ਉਹਨਾਂ ਦਾ ਅਤੇ ਐਂ ਮੰਨ ਲਓ ਵੀ ਉਹ ਬਣਾ ਕੇ ਲਿਆਉਣ ਦੇ ਵਿੱਚ 5-10 ਮਿੰਟ ਦੀ ਮਸ਼ੱਕਤ ਤੋਂ ਬਾਅਦ ਉਹ ਕਾਮਯਾਬ ਹੋ ਗਏ ਦੁਬਾਰੇ ਫਿਰ ਉਹ ਆ ਕੇ ਬਹਿ ਗਈਆਂ ਪਰ ਇੱਕ ਗੱਲ ਉਹਨਾਂ ਦੇ ਰੋਸ ਹੈ ਜਿਹੜਾ ਉਹ ਇਸ ਗੱਲ ਤੱਕ ਦੇਖਦਾ ਰਿਹਾ ਵੀ ਜਦੋਂ ਉਹ ਨਾਅਰੇ ਲਾਉਂਦੇ ਸੀ ਨਾ ਠੀਕ ਹੈ ਜੀ ਵੀ ਜਦੋਂ ਨਾਅਰੇ ਲੱਗਦੇ ਸੀ ਵੀ ਕਾਂਗਰਸ ਪਾਰਟੀ ਜਿੰਦਾਬਾਦ ਯਾਨੀ ਇਹ ਖਾਸ ਮਤਲਬ ਖਾਸ ਗੱਲ ਖਿੱਚਦਾ ਕੇਂਦਰ ਮੀਡੀਆ ਦਾ ਰਹੀ ਵੀ ਜਿਹੜੀਆਂ ਉਹ ਨਾਰਾਜ਼ ਹੋ ਕੇ ਬੀਬੀਆਂ ਗਈਆਂ ਸੀ ਠੀਕ ਹੈ ਜੀ ਵੀ ਉਹਨਾਂ ਨੇ ਨਾਅਰੇ ਦਾ ਜਵਾਬ ਨਹੀਂ ਦਿੱਤਾ ਹੱਥ ਖੜਾ ਕਰਕੇ ਠੀਕ ਹੈ ਜੀ ਯਾਨੀ ਰੋਸ ਉਹਨਾਂ ਦੇ ਵਿੱਚ ਭਰਿਆ ਪਿਆ ਸੀ ਫਿਰ ਇੱਥੇ ਹੀ ਬਸ ਨਹੀਂ ਜਦੋਂ ਸੁਖਜੀਤ ਕੌਰ ਸੁੱਖੀ ਨੇ ਜਿਹੜੇ ਹਾਂਜੀ ਉਹਨਾਂ ਨੂੰ ਮੰਚ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ ਠੀਕ ਹੈ ਜੀ ਉਹਨਾਂ ਨੇ ਇੱਕ ਤਰ੍ਹਾਂ ਦੀ ਤਾੜਨਾ ਕੀਤੀ ਵੀ ਇਹ ਮਤਲਬ ਟਿਕਟਾਂ ਦੇਣੀਆਂ ਤਾਂ ਰਹੀਆਂ ਦੂਰ ਵੀ ਉਹਨਾਂ ਨੇ ਗਿਲਾ ਕੀਤਾ ਵੀ ਕਾਂਗਰਸ ਪਾਰਟੀ ਨੇ ਜਿਹੜੀ ਅੱਧੀ ਆਬਾਦੀ ਹੈ ਔਰਤਾਂ ਦੀ ਜਿਹੜੀ ਮਿਹਨਤ ਕਰਦੇ ਹੈ ਵੀ ਉਹਨਾਂ ਨੂੰ ਇੱਕ ਵੀ ਟਿਕਟ ਹੈ ਜਿਹੜੀ ਆਮ ਵਰਕਰ ਨੂੰ ਹਾਂਜੀ ਹਾਂ ਵੀ ਉਹ ਪੰਜਾਬ ਦੇ ਵਿੱਚ ਦਿੱਤੀ ਨਹੀਂ ਗਈ ਠੀਕ ਹੈ ਵੀ ਉਹਨੇ ਤਾਂ ਇਹ ਗੱਲ ਦਾ ਉਲਾਂਭਾ ਇਹ ਦਿੱਤਾ ਵੀ ਜਿਹੜਾ ਅੱਜ ਹਸ਼ਰ ਹੋਇਆ ਪਾਰਟੀ ਦਾ ਉਹ ਅੱਧੀ ਆਬਾਦੀ ਨੂੰ ਨਜ਼ਰਅੰਦਾਜ਼ ਕਰਨ ਦਾ ਹੋਇਆ ਠੀਕ ਹੈ ਜੀ ਕਹਿੰਦੀ ਅਸੀਂ ਆਪਦਾ ਚੁੱਪ ਕਰਕੇ ਘਰਾਂ 'ਚ ਬਹਿ ਗਈਆਂ ਠੀਕ ਹੈ ਜੀ ਕਹਿੰਦੀ ਹੁਣ ਵੀ ਅੱਗੇ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਜੇ ਕਿਤੇ ਔਰਤਾਂ ਨੂੰ ਜਿਵੇਂ ਅੱਜ ਤਾਂ ਕੁਰਸੀਆਂ ਤੋਂ ਮਤਲਬ ਸੋਫੇ ਤੋਂ ਉਠਾ ਕੇ ਕੁਰਸੀਆਂ 'ਤੇ ਕਰਤਾ ਹਾਂਜੀ ਵੀ ਜੇ ਅਜੇ ਉਹਨਾਂ ਨੂੰ ਜਿਹੜਾ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਹਾਂਜੀ ਵੀ ਤਾਂ ਅਸੀਂ ਆਪਦੇ ਘਰਾਂ 'ਚ ਬਹਿ ਗਈਆਂ ਚੁੱਪ ਕਰਕੇ ਵੀ ਅਸੀਂ ਕੰਮ ਨਹੀਂ ਕਰਾਂਗੇ ਯਾਨੀ ਇਹ ਖਤਰੇ ਦਾ ਸੰਕੇਤ ਸੀ ਅਤੇ ਜਿਹਦੇ ਕਰਕੇ ਉਦੋਂ ਬਾਅਦ ਜਿਹੜਾ ਵੀ ਬੁਲਾਰਾ ਬੋਲਿਆ ਠੀਕ ਹੈ ਜੀ ਤਾਂ ਹਰ ਇੱਕ ਨੂੰ ਇਹ ਗੱਲ ਕਹਿਣੀ ਪਈ ਵੀ ਅਸੀਂ ਮਾਫ਼ੀ ਚਾਹੁੰਦੇ ਹਾਂ ਅੱਗੇ ਲਈ ਅਸੀਂ ਵਾਕਿਆ ਜਿਹੜਾ ਪ੍ਰਬੰਧ ਕਰਿਆ ਕਰਾਂਗੇ ਜਿਹਨੇ ਐਂ ਵੱਲੋਂ ਨਾਰੀ ਸ਼ਕਤੀ ਨੇ ਆਪਦੀ ਸ਼ਕਤੀ ਦਿਖਾ ਦੀ ਗਿਣਤੀ ਭਾਵੇਂ ਥੋੜ੍ਹੀ ਸੀ ਠੀਕ ਹੈ ਜੀ ਅਤੇ ਪਰ ਉਹਨਾਂ ਨੇ ਉਹਨਾਂ ਨੂੰ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਅਹਿਸਾਸ ਕਰਾਤਾ ਵੀ ਮੈਨੂੰ ਲੱਗਦਾ ਜਿਹੋ ਜੀ ਅੱਜ ਹੋਈ ਹੈ ਹਾਂਜੀ ਹਾਂਜੀ ਵੀ ਲੀਡਰਾਂ ਨਾਲ ਜਿਵੇਂ ਕਹਿੰਦਾ ਖੇਤ ਪਏ ਗਧੇ ਨਾਲ ਨਾ ਹੋਵੇ ਇਹੋ ਜਿਹੀ ਮਤਲਬ ਹੋ ਗਈ ਜਿਹਦੇ ਕਰਕੇ ਜਿਹੜੇ ਬਹੁਤੇ ਲੀਡਰ ਨੇ ਉਹ ਅੱਗੇ ਨੂੰ ਹੁਣ ਮੈਨੂੰ ਲੱਗਦਾ ਮਹਿਲਾ ਸ਼ਕਤੀ ਦਾ ਖਿਆਲ ਰੱਖਿਆ ਕਰਨਗੇ ਠੀਕ ਹੈ ਜੀ ਵੀ ਘੱਟੋ ਘੱਟ ਇਹਨਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਠੀਕ ਹੈ ਜੀ ਨਿੱਕਾ ਜੀ ਉਹ ਲੋਕ ਉਹ ਨੇਤਾ ਜਿਹੜੇ ਸਟੇਜ ਤੋਂ ਕਹਿੰਦੇ ਸੀ ਕਿ ਆਹ ਜਿਹੜਾ ਇੱਕ ਨੇਤਾ ਦੇ ਪਿੱਠ ਪਿੱਛੇ ਹੱਥ ਧਰ ਕੇ ਕਿ ਇਹਨੂੰ ਦੇਖ ਕੇ ਥਾਣੇਦਾਰ ਦਾ ਮੂਤ ਨਿਕਲ ਜਾਂਦਾ ਹੈਗਾ ਅਤੇ ਅੱਜ ਉਹੀ ਜਿਹੜੇ ਪੁਲਿਸ ਦੇ ਧੱਕੇ ਚੜ੍ਹ ਗਏ ਆਪਣੇ ਵੱਡੇ ਨੇਤਾ ਜੀ ਪੰਜਾਬ ਦੇ ਕਾਂਗਰਸ ਦੇ ਅਤੇ ਇੱਕ ਲੈਂਡ ਕਰੂਜ਼ਰ ਗੱਡੀ ਤੋਂ ਮੰਨ ਲਓ ਇੱਕ ਜਿਹੜੀ ਪਿਕਅਪ ਗੱਡੀ ਹੁੰਦੀ ਹੈ ਪੁਲਿਸ ਦੀ ਉਹਦੇ ਵਿੱਚ ਬੈਠ ਕੇ ਉਹਨਾਂ ਨੂੰ ਜਾਣਾ ਪੈ ਗਿਆ ਪਟਿਆਲੇ ਕੀ ਕਹੋਗੇ ਨਿੱਕਾ ਜੀ ਮੈਂ ਕਿਹਾ ਜੀ ਇਕੱਲਾ ਇਹੀ ਨਹੀਂ ਵੀ ਤੁਸੀਂ ਕਹਿੰਦੇ ਵੀ ਉਹ ਕਹਿੰਦੇ ਸੀ ਪੁਲਿਸ ਵਾਲੇ ਨੂੰ ਸਾਡੇ MLA ਵੀ ਉਹਨੇ ਹੱਥ ਦੇ ਕੇ ਉਹ ਜੀਰੇ ਦੇ ਸੀ ਸ਼ਾਇਦ MLA ਠੀਕ ਹੈ ਜੀ ਅਤੇ ਕੁਲਵੀਰ ਸਿੰਘ ਜੀਰਾ ਠੀਕ ਹੈ ਜੀ ਉਹਨਾਂ ਦੇ ਮੋਢੇ 'ਤੇ ਹੱਥ ਧਰ ਗਿਆ ਵੀ ਆਹ ਸਾਡਾ MLA ਹੈ ਜੇ ਇੱਕ ਦਬਕਾ ਮਾਰ ਦਿੰਦਾ ਪੁਲਿਸ ਵਾਲੇ ਦਾ ਪਿਸ਼ਾਬ ਨਿਕਲ ਜਾਂਦਾ ਠੀਕ ਹੈ ਜੀ ਇਹ ਗੱਲ ਦਾ ਵੱਡੇ ਪੱਧਰ 'ਤੇ ਵਿਰੋਧ ਵੀ ਹੋਇਆ ਸੀ ਅੱਜ ਹਾਲਤ ਇਹ ਹੋ ਗਈ ਜਦੋਂ ਵੀ ਪੁਲਿਸ ਵਾਲਿਆਂ ਦਾ ਪਤਾ ਲੱਗਿਆ ਵੀ ਉਹ ਲੈ ਕੇ ਜਾਣਗੇ ਠੀਕ ਹੈ ਜੀ ਸਿੱਧੂ ਸਾਹਿਬ ਕੱਲ੍ਹ ਤਾਂ ਹਾਥੀ 'ਤੇ ਚੜ੍ਹ ਕੇ ਪ੍ਰਚਾਰ ਕਰਦੇ ਸੀ ਠੀਕ ਹੈ ਜੀ ਅੱਜ ਜਿਹੜੀ ਅਦਾਲਤ ਨੂੰ ਅਰਜੀ ਦਿੱਤੀ ਮੈਂ ਬਿਮਾਰ ਹਾਂ ਮੈਨੂੰ ਹਫ਼ਤੇ ਦਾ ਸਮਾਂ ਹੋਰ ਦਿਓ ਠੀਕ ਹੈ ਜੀ ਯਾਨੀ ਇਹ ਇਸ ਤਰ੍ਹਾਂ ਦਾ ਜਿਹੜਾ ਘਟਨਾਕ੍ਰਮ ਵਾਪਰਿਆ ਹਾਂਜੀ ਇਹ ਕਹਿੰਦੇ ਹੁੰਦਾ ਵੀ ਜਿਹੜਾ ਜਿਹੜੀ ਕਈ ਵਾਰੀ ਜਿਹੜੀਆਂ ਖੁਰਲੀ ਦੀਆਂ ਇੱਟਾਂ ਜਿਵੇਂ ਚੁਬਾਰੇ ਨੂੰ ਲੱਗ ਜਾਂਦੀਆਂ ਨੇ ਹਾਂਜੀ ਹਾਂਜੀ ਕਈ ਵਾਰੀ ਲੀਡਰਾਂ ਨੇ ਇਹੋ ਜਿਹਾ ਮਾਹੌਲ ਬਣਾ ਲਿਆ ਹੁੰਦਾ ਉਹਨਾਂ ਦੇ ਆਲੇ ਦੁਆਲੇ ਇਹੋ ਜਿਹਾ ਓਰਾ ਹੁੰਦਾ ਠੀਕ ਹੈ ਉਹਨੂੰ ਇਹ ਮੰਨ ਕੇ ਚੱਲਦੇ ਨੇ ਵੀ ਸ਼ਾਇਦ ਇਹ ਸਦਾ ਰਹਿਣਾ ਠੀਕ ਹੈ ਜੀ ਪਰ ਇਹ ਮੰਨ ਲਓ ਵੀ 1988 ਤੋਂ ਬਾਅਦ ਹਾਂਜੀ 34 ਸਾਲ ਹੋ ਗਏ ਬਿਲਕੁਲ ਲਗਭਗ ਕਮਜ਼ੋਰ ਹੀ ਹੈ 34 ਸਾਲ ਹਾਂ ਵੀ ਜਿਹੜੇ 34 ਸਾਲ ਬਾਅਦ ਜਿੱਥੇ ਉਹ ਪਰਿਵਾਰ ਨੂੰ ਇਨਸਾਫ ਮਿਲਿਆ ਤਾਂ ਉੱਥੇ ਐਂ ਮੰਨ ਲਓ ਵੀ ਜਿਵੇਂ ਆਪਾਂ ਕਹਿੰਦੇ ਹੰਕਾਰ ਟਾਈਪ ਮਤਲਬ ਇਹਨਾਂ ਦੀ ਜਿਹੜੀ ਛਵੀ ਬਣੀ ਸੀ ਨਵਜੋਤ ਸਿੰਘ ਸਿੱਧੂ ਦੀ ਹਾਂਜੀ ਹਰ ਬੰਦੇ ਨੂੰ ਤੂੰ ਤੜੱਕ ਕਰਕੇ ਹਰ ਬੰਦੇ ਨੂੰ ਜਲੀਲ ਕਰਨਾ ਬਿਲਕੁਲ ਜਿਵੇਂ ਅਸਲ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਚਲੋ ਦੇਖੋ ਜੇਲ੍ਹਾਂ ਦੇ ਵਿੱਚ ਲੀਡਰ ਜਾਂਦੇ ਰਹਿੰਦੇ ਨੇ ਹਾਂਜੀ ਇਹ ਕੋਈ ਪੋਲੀਟੀਕਲ ਤਾਂ ਉਹਨਾਂ ਦਾ ਹੈ ਨਹੀਂ ਹਾਂਜੀ ਨਾ ਉਹ ਇਹ ਕਹਿ ਸਕਦੇ ਮੈਨੂੰ ਰਾਜਨੀਤਿਕ ਤੌਰ 'ਤੇ ਕੋਈ ਕੀਤਾ ਗਿਆ ਉਹ ਤਾਂ ਇਹ ਵੀ 65 ਸਾਲ ਦਾ ਬਜ਼ੁਰਗ ਸੀ ਗੁਰਨਾਮ ਸਿੰਘ ਸੀ ਉਹਨਾਂ ਦਾ ਨਾਮ ਹਾਂਜੀ ਹਾਂਜੀ ਵੀ ਇਹ ਉਹਨਾਂ ਦੇ ਨਾਲ 23-24 ਸਾਲ ਦੇ ਸੀ ਬਿਲਕੁਲ ਜੀ ਅਤੇ ਐਂ ਮੰਨ ਲਓ ਇੱਕ ਬਜ਼ੁਰਗ ਬੰਦੇ 'ਤੇ ਹੱਥ ਠਾ ਕੇ ਕੋਈ ਬਹਾਦਰੀ ਵਾਲਾ ਤਾਂ ਕੰਮ ਨਹੀਂ ਸੀ ਕੀਤਾ ਹਾਂਜੀ ਹਾਂਜੀ ਠੀਕ ਹੈ ਫਿਰ ਇਹ ਘਟਨਾਕ੍ਰਮ ਉਦੋਂ ਪਹਿਲਾਂ ਦਾ ਸੀ ਇਹ ਐਂ ਨਹੀਂ ਕਹਿ ਸਕਦੇ ਮੈਨੂੰ ਰਾਜਨੀਤਿਕ ਤੌਰ 'ਤੇ ਫਸਾ ਦਿੱਤਾ ਗਿਆ ਠੀਕ ਹੈ ਜੀ ਇਹ ਤਾਂ ਐਂ ਮੰਨ ਲਓ ਵੀ ਇਹਨਾਂ ਦੇ ਰਾਜਨੀਤਿਕ ਪ੍ਰਭਾਵ ਦਾ ਸਦਕਾ ਉਹ ਪਰਿਵਾਰ ਨੂੰ 34 ਸਾਲ ਯਾਨੀ 3 ਦਹਾਕਿਆਂ ਤੋਂ ਬਾਅਦ 3.5 ਦਹਾਕੇ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਸਲੂਟ ਤਾਂ ਉਹ ਪਰਿਵਾਰ ਨੂੰ ਕਰਨਾ ਬਣਦਾ ਬਿਲਕੁਲ ਜਿਨ੍ਹਾਂ ਨੇ ਹਿੰਮਤ ਨਹੀਂ ਹਾਰੀ ਜਿਵੇਂ ਕਹਿੰਦੇ ਪਹਾੜ ਨਾਲ ਮੱਥਾ ਲਾਉਣ ਵਰਗਾ ਕੰਮ ਸੀ ਠੀਕ ਹੈ ਜੀ ਪਹਿਲਾਂ ਐਂ ਮੰਨ ਲਓ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੂਤੀ ਬੋਲਦੀ ਸੀ ਉਹਨਾਂ ਦੀ ਹਾਂਜੀ ਹਾਂਜੀ ਜੇ ਉਹ ਛੱਡ ਕੇ ਆਏ ਤਾਂ ਕਾਂਗਰਸ 'ਚ ਤੂਤੀ ਬੋਲਣ ਲੱਗ ਗਈ ਪੰਜਾਬ ਦਾ ਪ੍ਰਧਾਨ ਬਣ ਗਏ ਠੀਕ ਹੈ ਜੀ ਮਤਲਬ ਐਂ ਮੰਨ ਲਓ ਵੱਡੇ ਕੱਦ ਦੇ ਨੇਤਾ ਦੇ ਖਿਲਾਫ ਲੜਾਈ ਲੜਨੀ ਹੈ ਜਿਹੜੀ ਠੀਕ ਹੈ ਉਹ ਆਪਦੇ ਆਪ 'ਚ ਜੇਰੇ ਵਾਲਾ ਕੰਮ ਹੈ ਯਾਨੀ ਬਿਨਾਂ ਹੌਸਲੇ ਤੋਂ ਲੜਿਆ ਨਹੀਂ ਜਾ ਸਕਦਾ ਠੀਕ ਹੈ ਜੀ ਉਹ ਪਰਿਵਾਰ ਨੇ ਉਹ ਲੜਾਈ ਲੜੀ ਅਤੇ ਅੱਜ
रहना पेगा हूँ एक साल बाद कहे जे हालत बदलते हैं ना बदलते हैं है ता ही वह कहते होंगे ने भी उच्चा बोल ना बोलीए करता रोन रही है बिल्कुल बिल्कुल भी बंदे परमात्मा का डर रखना चाहिए हाँ जी हाँ जी भी ये पता नहीं भी जी बड़क ने वो बड़क कदों बड़क है जी बंद हो जाती है। ठीक है जी निका जी मैं हूँ ही पढ़ रहा सीगा कहिंदे बामुशक्कत सज़ा हुई है ये नवजोत सिद्धू होरां नूं बामुशक्कत दे विच अंग्रेज़ां दे जमाने च तां कहिंदे पत्थर तुड़वाउंदे हुंदे सीगे हुण की है एक जिवें आपां कहिंदे जेल दे विच छोटी मोटी इंडस्ट्री चलती है जिवें लेडीज़ हुंदियां उन्हां नूं पापड़ बनाउणा कोई दरियां बनाउणा इस तरह के काम इस तरह ही मर्दां तों काम करवाए जांदे ने ते ਇਹਦੇ ਵਿੱਚ ਇਹ ਵੀ ਹੁੰਦਾ ਹੈਗਾ ਕਿ ਜੇ ਉੱਥੇ ਜੇਲ੍ਹ ਦੇ ਵਿੱਚ ਵਧੀਆ ਕੰਮ ਕਰਦੇ ਆ ਤਾਂ ਉਹਨਾਂ ਦੀ ਜਿਹੜਾ ਗੁੱਡ ਕੰਡਕਟ ਦੇ ਆਧਾਰ 'ਤੇ ਉਹਨਾਂ ਦੀ ਜਿਹੜੀ ਸਜ਼ਾ ਦੇ ਦਿਨ ਉਹ ਵੀ ਘੱਟ ਹੋ ਜਾਂਦੇ ਨੇ ਕਾ ਜੀ ਮੰਗਲ ਜੀ ਇਹ ਗੱਲ ਠੀਕ ਹੈ ਵੀ ਇੱਕ ਹੁੰਦੀ ਹੈ ਸਧਾਰਨ ਕੈਦ ਠੀਕ ਹੈ ਜੀ ਜਿਹੜੀ ਸਧਾਰਨ ਹੈ ਉਹਦੇ 'ਚ ਤਾਂ ਸੌਖਾ ਰੱਖਿਆ ਜਾਂਦਾ ਠੀਕ ਹੈ ਜੀ ਜਿਹੜੀ ਬਾਮਸ਼ੱਕਤ ਹੈ ਉਹ ਐਂ ਮਤਲਬ ਜ਼ੋਰ ਵਾਲਾ ਕੰਮ ਕਰਾਇਆ ਜਾਂਦਾ ਠੀਕ ਹੈ ਜੀ ਹੁਣ ਸਿੱਧੂ ਸਾਹਿਬ ਨੇ ਤਾਂ ਬੋਲਣ 'ਤੇ ਜ਼ੋਰ ਲਾਇਆ ਸੀ ਉੱਥੇ ਬੋਲਣ ਦੇ ਮੌਕੇ ਤਾਂ ਮਿਲਣਗੇ ਘੱਟ ਹਾਂਜੀ ਤਾਂ ਜੇਲ੍ਹ ਤਾਂ ਜੇਲ੍ਹ ਹੀ ਹੈ ਨਾ ਬਿਲਕੁਲ ਬਿਲਕੁਲ ਫਿਰ ਜੇਲ੍ਹ ਜਾਣਾ ਉਦੋਂ ਪੈ ਗਿਆ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਐਂ ਮੰਨ ਲਓ ਹੋਰ ਤਾਂ ਕੋਈ ਪ੍ਰਤੀਕਿਰਿਆ ਆਉਣੀ ਸੀ ਵੱਖਰੀ ਠੀਕ ਹੈ ਜੀ ਅਤੇ ਹਰਜੋਤ ਸਿੰਘ ਬੈਂਸ ਜਿਹੜੇ ਜੇਲ੍ਹ ਮੰਤਰੀ ਨੇ ਹਾਂਜੀ ਹਾਂ ਉਹਨਾਂ ਨੇ ਨਾਲ ਦੀ ਨਾਲ ਬੜਕ ਮਾਰਤੀ ਵੀ ਵੀ ਆਈ ਪੀ ਟ੍ਰੀਟਮੈਂਟ ਦਾ ਖਿਆਲ ਛੱਡ ਦੇਣ ਉਹ ਠੀਕ ਹੈ ਜੀ ਕਿਉਂ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਨੇ ਇਹ ਗੱਲ ਕਹਿਤੀ ਸੀ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਵੀ ਆਈ ਪੀ ਸੈੱਲ ਬਣੇ ਹੋਏ ਨੇ ਹਾਂਜੀ ਉਹ ਪ੍ਰਬੰਧਕੀ ਐਡਮਿਨਿਸਟ੍ਰੇਸ਼ਨ ਜਿਹੜੇ ਨੇ ਉਹ ਬਣਾਏ ਜਾਣਗੇ ਬਲੋਕ ਠੀਕ ਹੈ ਜੀ ਅਤੇ ਹੁਣ ਐਂ ਮੰਨ ਲਓ ਵੀ ਕਿੱਥੇ ਤਾਂ ਏ ਸੀ ਦੇ ਵਿੱਚ ਪੈਣਾ ਠੀਕ ਹੈ ਜੀ ਅਤੇ ਆਹ ਜਿਹੜੀ ਹੁਣ ਲੋਹੜੇ ਦੀ ਪੈਂਦੀ ਗਰਮੀ ਹੈ ਹਾਂਜੀ ਹਾਂ ਅਤੇ ਉਹ ਗਰਮੀ ਦੇ ਵਿੱਚ ਫਿਰ ਉੱਥੇ ਮੈਨੂੰ ਲੱਗਦਾ ਪਸੀਨੋ ਪਸੀਨੀ ਤਾਂ ਵੈਸੇ ਵੀ ਹੋ ਜਾਇਆ ਕਰਨਗੇ ਉਸ ਤੋਂ ਪੱਖਾ ਹੀ ਮਿਲਣਾ ਹਾਂਜੀ ਹਾਂਜੀ ਮੈਨੂੰ ਲੱਗਦਾ ਕੂਲਰ ਵੀ ਕਿਸੇ ਨੇ ਨਹੀਂ ਦੇਣਾ ਬਿਲਕੁਲ ਕਿਉਂ ਜਦੋਂ ਭਗਵੰਤ ਮਾਨ ਸਾਹਿਬ ਨੇ ਤਾਂ ਇਹ ਗੱਲ ਕਹੀ ਨਾ ਮੁੱਖ ਮੰਤਰੀ ਸਾਹਿਬ ਨੇ ਵੀ ਕੈਦੀ ਵੀ ਵੀ ਆਈ ਪੀ ਹੁੰਦੇ ਨੇ ਹਾਂਜੀ ਹਾਂ ਉਹ ਕਹਿੰਦੇ ਕੈਦੀ ਕੋਈ ਵੀ ਆਈ ਪੀ ਥੋੜ੍ਹੀ ਨਾ ਜਿਹੜੇ ਕੈਦੀ ਨੇ ਵੀ ਹੈ ਤਾਂ ਉਹਨਾਂ ਨੂੰ ਪਛਚਾਤਾਪ ਕਰਨ ਦੇ ਮੌਕੇ ਸਹੂਲਤਾਂ ਕਿਸ ਚੀਜ਼ ਦੀ ਹਾਂਜੀ 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 ਨਹੀਂ ਮੈਨੂੰ ਐਂ ਲੱਗਦਾ ਵੀ ਇਹ ਇਸ ਤਰ੍ਹਾਂ ਦਾ ਸਮਾਂ ਜਿਹੜਾ ਨਾ ਤਾਂ ਕਦੇ ਮਨ ਦੇ ਵਿੱਚ ਕੱਲ੍ਹ ਤੱਕ ਨਹੀਂ ਸੀ ਚਿਤ ਪਿਆ ਹੋਣਾ ਉਹਨਾਂ ਨੇ ਆਪਦੇ ਮਨ ਦੇ ਵਿੱਚ ਕਦੇ ਇਹੋ ਜਿਹਾ ਜਿਵੇਂ ਕਹਿੰਦੇ ਸੁਪਨੇ ਦੇ ਵਿੱਚ ਖਿਆਲ ਨਹੀਂ ਆਇਆ ਹੋਣਾ ਵੀ ਆਹ ਦਿਨ ਦੇਖਣੇ ਪੈ ਜਾਣਗੇ ਠੀਕ ਹੈ ਜੀ ਹੁਣ ਸ਼ੁਰੂ ਤੋਂ ਇਹਨਾਂ ਦਾ ਤਾਂ ਇੱਕ ਤਰ੍ਹਾਂ ਦਾ ਵੀ ਆਈ ਪੀ ਕਲਚਰ ਹੀ ਰਿਹਾ ਜਦੋਂ ਕ੍ਰਿਕਟਰ ਦੇ ਤੌਰ 'ਤੇ ਸੀ ਹਾਂਜੀ ਉਦੋਂ ਵੀ ਇਹਨਾਂ ਦਾ ਸੀ ਫਿਰ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਭਗਵੰਤ ਸਿੰਘ ਹਾਂਜੀ ਹਾਂ ਉਹ ਐਡਵੋਕੇਟ ਜਨਰਲ ਐਡਵੋਕੇਟ ਜਨਰਲ ਹਾਂਜੀ ਅਤੇ ਮਤਲਬ ਕਾਫੀ ਪਰਿਵਾਰ ਦਾ ਪਿਛੋਕੜ ਹੈ ਜਿਹੜਾ ਜਿਹੜੀ ਵੀ ਆਈ ਪੀ ਰਿਹਾ ਹਾਂਜੀ ਹਾਂਜੀ ਜਿਹਦੇ ਕਰਕੇ ਮੈਨੂੰ ਐਂ ਲੱਗਦਾ ਵੀ ਹੁਣ ਇੱਕ ਤਾਂ ਹੁੰਦਾ ਵੀ ਕਿਸੇ ਕੋਈ ਬੰਦਾ ਚੰਗੇ ਕੰਮ 'ਚ ਗਿਆ ਚਲੋ ਮੰਨ ਲਿਆ ਜਾਂਦਾ ਹਾਂਜੀ ਵੀ ਲੋਕਾਂ ਦੇ ਹੱਕਾਂ ਲਈ ਲੜਦਾ ਕੋਈ ਬੰਦਾ ਜੇਲ੍ਹ ਜਾਂਦਾ ਬਿਲਕੁਲ ਉੱਥੇ ਜੇਲ੍ਹ ਦੇ ਵਿੱਚ ਵੀ ਸਤਿਕਾਰ ਮਿਲਦਾ ਹਾਂਜੀ ਹਾਂਜੀ ਪਬਲਿਕ ਦੇ ਵਿੱਚ ਵੀ ਸਤਿਕਾਰ ਮਿਲਦਾ ਠੀਕ ਹੈ ਹੁਣ ਇਹ ਤਾਂ ਨਹੀਂ ਹੈ ਇੱਕ ਬਜ਼ੁਰਗ ਬੰਦਾ ਉਹਨਾਂ ਦੀ ਬਦੌਲਤ ਹਾਂਜੀ ਹਾਂ ਵੀ ਬੇਸ਼ੱਕ ਕਿਹਾ ਜਾਂਦਾ ਵੀ ਉਹ ਮੈਡੀਕਲ ਰਿਪੋਰਟਾਂ ਨੇ ਦੱਸਿਆ ਵੀ ਉਹ ਹਾਰਟ ਅਟੈਕ ਨਾਲ ਉਹਨਾਂ ਦੀ ਮੌਤ ਹੋਈ ਹੈ ਜਾਂ ਹੋਰ ਕਾਰਨ ਕੋਈ ਵੀ ਹੋਵੇ ਬਿਲਕੁਲ ਬਿਲਕੁਲ ਪਰ ਅਦਾਲਤ ਨੇ ਵੀ ਜਿਵੇਂ ਟਿੱਪਣੀ ਕੀਤੀ ਹੈ ਨਾ ਵੀ ਇਹ ਮਤਲਬ ਪੂਰੇ ਸਿਹਤਮੰਦ ਸੀ ਹਾਂਜੀ ਨੌਜਵਾਨ ਸੀ ਬਿਲਕੁਲ ਜੀ ਅਤੇ ਇਸ ਕਰਕੇ ਵੀ ਇੱਕ ਬਜ਼ੁਰਗ ਬੰਦੇ 'ਤੇ ਵਾਰ ਕੀਤਾ ਗਿਆ ਜਿਹੜਾ ਠੀਕ ਹੈ ਉਹਨੂੰ ਵੀ ਕਹਿੰਦੇ ਪਛਚਾਤਾਪ ਦਾ ਮੌਕਾ ਮਿਲਣਾ ਚਾਹੀਦਾ ਠੀਕ ਹੈ ਮੈਨੂੰ ਐਂ ਲੱਗਦਾ ਤਾਂ ਸ਼ਰਮਨਾਕ ਸਥਿਤੀ ਹੈ ਵੀ ਘੱਟੋ ਘੱਟ ਸਾਡੇ ਦੇਸ਼ ਦੇ ਇਹੋ ਜਿਹੇ ਲੀਡਰ ਵੀ ਉਹਨਾਂ ਨੂੰ ਬਣਨ ਦਾ ਮੌਕਾ ਮਿਲ ਗਿਆ ਠੀਕ ਹੈ ਜੀ ਅਤੇ ਜਿਹਦੇ ਕਰਕੇ ਜਾਨੀ ਜੇ ਬਜ਼ੁਰਗਾਂ ਦਾ ਕੋਈ ਸਤਿਕਾਰ ਤਾਂ ਰਿਹਾ ਦੂਰ ਠੀਕ ਹੈ ਜੀ ਅਤੇ ਉਹ ਸਤਿਕਾਰ ਦੀ ਬਜਾਏ ਉਹਨਾਂ ਦੇ ਕਿਸੇ ਨਮੁਕੀਆਂ ਮਾਰਦੇ ਹੋਣ ਠੀਕ ਹੈ ਜੀ ਲੋਕ ਇਹੋ ਜਿਹੀ ਲਾਦ ਨੂੰ ਵੀ ਮਾੜਾ ਕਹਿਣ ਲੱਗੇ ਨੇ ਅਗਲਾ ਕਹਿੰਦਾ ਤਾਂ ਨਾ ਜੰਮੇ ਚੰਗੇ ਹਾਂਜੀ ਹਾਂਜੀ ਨਿੱਕਾ ਜੀ ਜਿਹੜੀ ਗਿੱਦੜਵਾਹਾ ਮੰਡੀ ਹੈ ਐਕਚੁਅਲੀ ਇਹ ਨਸਵਾਰ ਦੇ ਲਈ ਮਸ਼ਹੂਰ ਹੈ ਆਮ ਤੌਰ 'ਤੇ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਸਵਾਰ ਸੁੰਘਦੇ ਸੀ ਅਤੇ ਛਿੱਕਾਂ ਆ ਜਾਂਦੀਆਂ ਸੀ ਮੈਨੂੰ ਤਾਂ ਇਹ ਲੱਗਦਾ ਜਿਸ ਤਰ੍ਹਾਂ ਇੱਥੇ ਦਿਹਾੜ ਕੇ ਗਏ ਅਮਰਿੰਦਰ ਸਿੰਘ ਰਾਜਾ ਬੜਿੰਗ ਅਤੇ ਛਿੱਕਾਂ ਵੀ ਆਉਣਗੀਆਂ ਉਹਨਾਂ ਦੇ ਵਿਰੋਧੀਆਂ ਨੂੰ ਵੀ ਰਾਤ ਨੂੰ ਉੱਠ ਬੈਠਣਗੇ ਮੈਨੂੰ ਤਾਂ ਲੱਗਦਾ ਪੰਜ ਚਾਰ ਦਿਨ ਦੇਖੋ ਮੈਨੂੰ ਐਂ ਲੱਗਦਾ ਇਹਦੇ 'ਚ ਨਾ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਕਾਂਗਰਸ ਪਾਰਟੀ ਕੋਲ ਦੇਖੋ ਇੱਥੇ ਲੋਕ ਸਭਾ ਦੀ ਸੀਟ 'ਤੇ ਉਹਨਾਂ ਦਾ ਬੰਦਾ ਨਹੀਂ ਠੀਕ ਹੈ ਪਿਛਲੇ 2 ਵਾਰੀਆਂ ਤੋਂ ਨਹੀਂ ਜਿੱਤਿਆ ਠੀਕ ਹੈ ਜੀ 2 ਵਾਰੀਆਂ ਤੋਂ ਇਕੱਲਾ ਕਾਂਗਰਸ ਦਾ ਹੀ ਨਹੀਂ ਜਿੱਤਿਆ ਮਤਲਬ ਬਜਿੰਦਰ ਸਿੰਗਲੇ ਤੋਂ ਬਾਅਦ ਮੌਕਾ ਨਹੀਂ ਮਤਲਬ ਮਿਲ ਸਕਿਆ ਕਾਂਗਰਸ ਪਾਰਟੀ ਹਾਂਜੀ ਹਾਂਜੀ ਠੀਕ ਹੈ ਅਤੇ ਉਹ ਨਾਲ ਦੀ ਨਾਲ ਗੱਲ ਇਹ ਜ਼ਰੂਰ ਹੈ ਵੀ ਆਮ ਆਦਮੀ ਪਾਰਟੀ ਦੇ ਗੜ੍ਹ ਨੂੰ ਜੇ ਉਹਨਾਂ ਨੇ ਤੋੜਨਾ ਹੈ ਤਾਂ ਉਹਨਾਂ ਲਈ ਸਭ ਤੋਂ ਨੇੜਲਾ ਮੌਕਾ ਹੈ ਜਿਹੜਾ ਉਹ ਲੋਕ ਸਭਾ ਦੀ ਚੋਣ ਹੀ ਹੈ ਬਿਲਕੁਲ ਬਿਲਕੁਲ ਅਤੇ ਜਿਹੜਾ ਲੜਨ ਦਾ ਤਜਰਬਾ ਰੱਖਦਾ ਹੋਵੇ ਹਾਂਜੀ ਹਾਂ ਉਹ ਫਿਰ ਛਿੱਕਾਂ ਤਾਂ ਉਹ ਲਾ ਹੀ ਦਿੰਦਾ ਠੀਕ ਹੈ ਜੀ ਹੁਣ ਇਹਨਾਂ ਦੇ ਕੋਈ ਐਂ ਤਾਂ ਹੈ ਨਹੀਂ ਵੀ ਉਹ ਜਿਵੇਂ ਅੱਜ ਉਹਨਾਂ ਨੇ ਬੋਲਦਿਆਂ ਕਿਹਾ ਕਹਿੰਦਾ ਮੈਂ ਬਾਦਲਾਂ ਦੀ ਧੁੰਨੀ ਦੇ ਵਿੱਚ ਰਹਿਣਾ ਠੀਕ ਹੈ ਜੀ ਵੀ ਐਂ ਮੰਨ ਲਓ ਪੇਟ ਦੇ ਵਿਚਾਲੇ ਹੈ ਧੁੰਨੀ ਬਿਲਕੁਲ ਬਿਲਕੁਲ ਅਤੇ ਉਹ ਕਹਿੰਦੇ ਮੈਂ ਧੁੰਨੀ ਦੇ ਵਿੱਚ ਰਹਿਣਾ ਅਤੇ ਲੜਨ ਦਾ ਮੈਨੂੰ ਬਹੁਤ ਤਜਰਬਾ ਠੀਕ ਹੈ ਵੀ ਤਕੜੇ ਬੰਦਿਆਂ ਨਾਲ ਕਿਵੇਂ ਲੜਨਾ ਠੀਕ ਹੈ ਜੀ ਅਤੇ ਗੜ੍ਹ ਤੋੜਨ ਦੇ ਵਿੱਚ ਕਹਿੰਦੇ ਮੇਰੀ ਮਹਾਰਤ ਹਾਸਲ ਹੈ ਠੀਕ ਹੈ ਜੀ ਵੀ ਹੁਣ ਕਹਿੰਦੇ ਮੈਂ ਦਾਅਵੇ ਨਾ ਕਹਿ ਸਕਦਾ ਵੀ ਜਿੱਥੇ ਕਹਿੰਦੇ ਮੈਨੂੰ ਵੱਡਿਆਂ ਦੀ ਤਾਂ ਪਰਵਾਹ ਕੋਈ ਨਹੀਂ ਠੀਕ ਹੈ ਜੀ ਉਹਨਾਂ ਨੇ ਨਾ ਇੱਕ ਗੱਲ ਹੋਰ ਕਹੀ
ਕਹਿੰਦੇ ਵੀ ਮੈਂ ਐਂ ਮੰਨ ਲਓ ਵੀ ਜਿਹੜੇ ਵਰਕਰ ਨੇ ਵੀ ਮੈਂ ਆਪ ਦਰੀਆਂ ਵਿਛਾਉਂਦਾ ਆਇਆ ਠੀਕ ਹੈ ਜੀ ਵੀ ਮੈਨੂੰ ਪੂਰਾ ਨੈਸ਼ਨਲ ਪ੍ਰੈਜ਼ੀਡੈਂਟ ਜਣੀ ਆਪਾਂ ਕਹਿ ਸਕਦੇ ਹਾਂ ਯੂਥ ਵਿੰਗ ਦਾ ਰਹਿਣ ਦਾ ਮੌਕਾ ਮਿਲਿਆ ਠੀਕ ਹੈ ਜੀ ਅਤੇ ਵੀ ਮੈਨੂੰ ਪਤਾ ਵੀ ਵਰਕਰਾਂ ਦੀ ਕਦਰ ਕਿਵੇਂ ਹੋ ਸਕਦੀ ਹੈ ਠੀਕ ਹੈ ਜੀ ਯਾਨੀ ਵਰਕਰਾਂ ਨੂੰ ਬੂਸਟ ਕਰਨ ਦਾ ਆਪਾਂ ਕਹਿ ਸਕਦੇ ਹਾਂ ਬਿਲਕੁਲ ਬਿਲਕੁਲ ਉਹਨਾਂ ਨੇ ਕਿਹਾ ਕਹਿੰਦੇ ਐਂ ਮੰਨ ਲਓ ਨਾਲੇ ਦਾ ਵਿਅੰਗ ਕਸਤਾ ਹਾਂਜੀ ਹਾਂ ਨਾਲੇ ਹੌਸਲਾ ਦੇਤਾ ਠੀਕ ਹੈ ਕਹਿੰਦੇ ਐਂ ਮੰਨ ਲਓ ਗਿੱਦੜਵਾਏ ਤੋਂ ਅੱਗੇ ਹਾਂਜੀ ਹਾਂ ਰੋਪੜ ਤੱਕ ਕਹਿੰਦੇ ਸਾਰਾ ਇਲਾਕਾ ਖਾਲੀ ਪਿਆ ਮਾਲਵੇ ਦਾ ਠੀਕ ਹੈ ਜੀ ਜਿਹੜੇ ਜਿਹੜੇ ਵਰਕਰ ਕੰਮ ਕਰਨਗੇ ਕਹਿੰਦੇ ਫਿਰ ਉਹਨਾਂ ਨੂੰ ਮੌਕੇ ਮਿਲ ਜਾਣਗੇ ਬਿਲਕੁਲ ਬਿਲਕੁਲ ਦੋਸਤੋ ਟੂਡੇ ਨਿਊਜ਼ ਦਾ ਇਹ ਨਜ਼ਰੀਆ ਹੈਗਾ ਕਿ ਬਰਨਾਲੇ ਨੂੰ ਇੱਕ ਕਰਪਸ਼ਨ ਫਰੀ ਐਟਮੋਸਫੀਅਰ ਚਾਹੀਦਾ ਹੈ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਚਾਹੀਦੇ ਹੈ ਪਰ ਇਹਦੇ ਵਿੱਚ ਜਿਹੜੇ ਵੈਂਡੇਟਾ ਪੋਲੀਟਿਕਸ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਦੀ ਇੱਥੇ ਗੇਮ ਖੇਡੀ ਜਾ ਰਹੀ ਹੈ ਮੰਨ ਲਓ ਅਤੇ ਅਸੀਂ ਉਮੀਦ ਕਰਦੇ ਹਾਂ ਜਿਵੇਂ ਨਾ ਮੈਂ ਮੰਗ ਜੀ ਵਿਚਾਲੇ ਕਰਦਾ ਮੇਰੇ ਗੱਲ ਮਾਇੰਡ 'ਚੋਂ ਸਲਿਪ ਹੋ ਗਈ ਠੀਕ ਹੈ ਜਿਹੜਾ ਤੁਸੀਂ ਸਵਾਲ ਕੀਤਾ ਜਿਹੜੇ ਜਿਹੜਾ ਜੀਵਨ ਦਾਨ ਜੇ ਸਭ ਤੋਂ ਵੱਡਾ ਮਿਲਿਆ ਹਾਂਜੀ ਤਾਂ ਮੈਨੂੰ ਲੱਗਦਾ ਨਗਰ ਕੌਂਸਲ ਬਰਨਾਲਾ ਜਿਹੜੀ ਕੱਲੀ ਹੋਈ ਰਹਿ ਗਈ ਸੀ ਨਾ ਹਾਂਜੀ ਹਾਂਜੀ ਅਤੇ ਵੀ ਨਗਰ ਕੌਂਸਲ ਬਰਨਾਲਾ ਵਿਧਾਨ ਸਭਾ ਹਲਕਾ ਬਰਨਾਲਾ ਦੇ ਵਿੱਚ ਜਾਂ ਨਗਰ ਕੌਂਸਲ ਧਨੌਲਾ ਠੀਕ ਹੈ ਜੀ ਅਤੇ ਮੇਨ ਜਣੀ ਜਿਹੜੀ ਵੱਡੀ ਆਪਾਂ ਕਹਿ ਸਕਦੇ ਹਾਂ ਹਾਂਜੀ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵਾਲਾ ਜਿਹੜਾ ਇਲਾਕਾ ਬਰਨਾਲਾ ਬਿਲਕੁਲ ਬਿਲਕੁਲ ਉਹਦੇ 'ਤੇ ਕਬਜ਼ਾ ਜਿਹੜਾ ਉਹਨੂੰ ਬਰਕਰਾਰ ਰੱਖਣਾ ਉਹਦੀ ਬੜੀ ਚੁਣੌਤੀ ਸੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਧਾਨ ਨੇ ਹਾਂਜੀ ਉਹਨਾਂ 'ਤੇ ਦਬਾਅ ਇਸ ਕਿਸਮ ਦੇ ਪੈਂਦੇ ਰਹੇ ਠੀਕ ਹੈ ਜੀ ਵੀ ਤਾਂ ਕਿ ਉਹ ਜ਼ਿਆਦਾ ਪਾਰਟੀ ਛੱਡ ਕੇ ਚਲੇ ਜਾਣ ਬਿਲਕੁਲ ਬਿਲਕੁਲ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਦੇਣ ਜਾਂ ਫਿਰ ਉਹ ਡਰ ਕੇ ਅਸਤੀਫਾ ਦੇ ਜਾਣ ਠੀਕ ਹੈ ਜੀ ਦਾਤ ਤਾਂ ਉਹਨਾਂ ਦੀ ਵੀ ਦੇਣੀ ਬਣਦੀ ਵੀ ਇਹੋ ਜਿਹੇ ਪ੍ਰੈਸ਼ਰ ਨੂੰ ਉਹਨਾਂ ਨੇ ਝੱਲਿਆ ਹਾਂਜੀ ਅਤੇ ਅੱਜ ਐਂ ਮੰਨ ਲਓ ਇੱਕ ਤਰ੍ਹਾਂ ਦਾ ਜੀਵਨ ਦਾਨ ਇਹੋ ਜਿਹਾ ਮਿਲਿਆ ਠੀਕ ਹੈ ਜੀ ਜਿਹੜਾ ਚਿਹਰੇ 'ਤੇ ਰੌਣਕਾਂ ਅੱਜ ਪ੍ਰਧਾਨ ਦੇ ਵੀ ਦਿਸਦੀਆਂ ਅਤੇ ਕਾਂਗਰਸੀਆਂ ਦੇ ਵੀ ਦਿਸਦੀਆਂ ਸੀ ਠੀਕ ਹੈ ਜੀ ਉਹਨਾਂ ਨੂੰ ਇਹ ਲੱਗਦਾ ਸੀ ਸਾਡਾ ਪ੍ਰਧਾਨ ਬਚਿਆ ਰਹੂਗਾ ਠੀਕ ਹੈ ਜੀ ਪ੍ਰਧਾਨ ਨੂੰ ਇਹ ਲੱਗਦਾ ਸੀ ਵੀ ਯਾਰ ਮੇਰੇ ਨਾਲ ਆ ਕੇ ਤਾਂ ਕੋਈ ਖੜਾ ਹਾਂਜੀ ਹਾਂਜੀ ਹੁਣ ਜਿਹੜੇ ਨਾਲ ਉਹ ਖੜੇ ਸੀ ਉਹ ਉਹਨਾਂ ਦੇ ਥਾਪੜਾ ਦੇਣ ਵਾਲੇ ਹੈ ਨਹੀਂ ਸੀ ਠੀਕ ਹੈ ਜੀ ਅੱਜ ਨਹੀਂ ਇੱਕ ਐਂ ਮੰਨ ਲਓ ਛੋਟਾ ਵਰਕਰ ਹੀ ਕਹਿ ਸਕਦੇ ਹਾਂ ਆਪਾਂ ਠੀਕ ਹੈ ਨਗਰ ਕੌਂਸਲ ਦਾ ਪ੍ਰਧਾਨ ਹੈ ਉਹ ਬਿਲਕੁਲ ਬਿਲਕੁਲ ਵੀ ਇੱਕ ਛੋਟੇ ਵਰਕਰ ਨੂੰ ਜੇ ਨਾਲ ਖੜਦੇ ਹੈ ਹਾਂਜੀ ਤਾਂ ਇਹਦਾ ਸੰਦੇਸ਼ ਤਾਂ ਲੋਕਾਂ ਦੇ ਵਿੱਚ ਚੰਗਾ ਜਾਂਦਾ ਨਾ ਕਿਸੇ ਇੱਕ ਐਂ ਮੰਨ ਲਓ ਇੱਕ ਸ਼ਹਿਰ ਪੱਧਰ ਦੇ ਵਰਕਰ ਨੂੰ ਵਾਰਡ ਪੱਧਰ ਦਾ ਹੀ ਮੰਨ ਲਓ ਹਾਂਜੀ ਹਾਂਜੀ ਵੀ ਉਹ ਵਰਕਰ ਦੇ ਨਾਲ ਕਾਂਗਰਸ ਪਾਰਟੀ ਜਾਂ ਕੋਈ ਵੀ ਪਾਰਟੀ ਪੂਰੀ ਸਟੇਟ ਦੀ ਲੀਡਰਸ਼ਿਪ ਉਹਦੇ ਨਾਲ ਆ ਕੇ ਖੜ ਜੇ ਹਾਂਜੀ ਹਾਂਜੀ ਤੇ ਬੰਦੇ ਦਾ ਹੌਸਲਾ ਤਾਂ ਬਣਦਾ ਹੀ ਹੈ ਬਿਲਕੁਲ ਵੀ ਮੈਨੂੰ ਐਂ ਲੱਗਦਾ ਇਹ ਵੜਕ ਜਿਹੜੀ ਮਰੀ ਹੈ ਹਾਂਜੀ ਇਹ ਉਹਨੂੰ ਜੀਵਨ ਦਾਨ ਵੀ ਦੇਊਗੀ ਗੁਰਜੀਤ ਸਿੰਘ ਰਾਮਣ ਵਾਸੀਆਂ ਨੂੰ ਠੀਕ ਹੈ ਜੀ ਜਿਵੇਂ ਅੱਜ ਚਿਹਰੇ 'ਤੇ ਜਿਵੇਂ ਬਾਛਾਂ ਖੜੀਆਂ ਹੋਈਆਂ ਸੀ ਉਹਨਾਂ ਦੀਆਂ ਠੀਕ ਹੈ ਅਤੇ ਨਾਲ ਦੀ ਨਾਲ ਐਂ ਮੰਨ ਲਓ ਜਿਹੜੀਆਂ ਮੁਸ਼ਕਲਾਂ ਨੇ ਹਾਂਜੀ ਹਾਂ ਉਹ ਆਮ ਆਦਮੀ ਪਾਰਟੀ ਵਾਲਿਆਂ ਦੇ ਜਿਹੜੇ ਸੁਪਨੇ ਨੇ ਉਹਨੂੰ ਚਕਣਾ ਚੂਰ ਕਰ ਦੇਣਗੀਆਂ ਠੀਕ ਹੈ ਜੀ ਅਤੇ ਮੈਨੂੰ ਇਹ ਪਤਾ ਲੱਗਿਆ ਜਿਵੇਂ ਸੂਤਰਾਂ ਤੋਂ ਪਤਾ ਲੱਗਦਾ ਇੱਕ ਰਹਿਸ਼ ਹੈ ਜਿਹੜੀ ਹਾਂਜੀ ਉਹ ਕੋਠੀ ਬਰਨਾਲੇ ਹੀ ਗਏ ਰਹੇ ਨੇ ਕਹਿੰਦੇ ਅੱਜ ਉੱਥੇ ਰਾਜਾ ਬੜਿੰਗ ਨੇ ਜਿਹੜੇ ਰਾਜਾ ਬੜਿੰਗ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਨੇ ਕਹਿੰਦੇ ਉੱਥੇ ਕੰਨ 'ਚ ਫੂਕ ਮਾਰਤੀ ਮੈਨੂੰ ਬਰਨਾਲੇ ਇੱਕ ਕੋਠੀ ਹੈ ਜਿਹੜੀ ਹਾਂਜੀ ਹਾਂ ਵੀ ਮੈਂ ਕੇਂਦਰ ਬਿੰਦੂ ਹੈ ਜਿਹੜਾ ਉਹ ਬਰਨਾਲੇ ਤੋਂ ਚਲਾਉਣਾ ਐਂ ਮੰਨ ਲਓ ਮਾਲਵੇ ਦਾ ਵਿਚਾਲਾ ਜਾ ਮੰਨ ਲਿਆ ਵੀ ਉਹਦੇ ਕਰਕੇ ਜੇ ਹੁਣ ਇਸ ਤਰ੍ਹਾਂ ਦਾ ਮਾਹੌਲ ਬਣਦਾ ਠੀਕ ਹੈ ਜੀ ਅਤੇ ਮੁਸੀਬਤਾਂ ਤਾਂ ਫਿਰ ਇੱਥੇ ਐਂ ਮੰਨ ਲਓ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਕਹੀ ਸੀ ਵੀ ਆਪਣੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਯਾਨੀ ਸ਼ਨੀਵਾਰ ਅਤੇ ਐਤਵਾਰ ਦਾ ਦਿਨ ਤਾਂ ਊਂ ਮੁਸੀਬਤ ਵਾਲਾ ਹੁੰਦਾ ਇਹ ਅੱਜ ਸ਼ੁੱਕਰਵਾਰ ਨੂੰ ਨਵੀਂ ਮੁਸੀਬਤ ਪੈ ਗਈ ਆ ਕੇ ਬਿਲਕੁਲ ਯਾਨੀ ਹੋਰ ਦਿਨ ਜਿਹੜਾ ਘੱਟ ਗਿਆ ਹਾਂਜੀ ਹਾਂ ਅਤੇ ਇਸ ਕਰਕੇ ਜੇ ਹੁਣ ਇੱਥੇ ਰੋਜ਼ ਰੋਜ਼ ਦਾ ਇਹੋ ਜਿਹਾ ਕੰਮ ਹੋਣਾ ਅਤੇ ਉਹਨਾਂ ਨੇ ਗੜ ਇਹਨੂੰ ਐਂ ਮੰਨ ਲਓ ਆਪਦਾ ਜਿਹੜਾ ਕੇਂਦਰ ਹੈ ਉਹ ਬਰਨਾਲੇ ਨੂੰ ਬਣਾ ਲਿਆ ਜਿੱਥੇ ਉਹ ਆਮ ਆਦਮੀ ਪਾਰਟੀ ਲਈ ਮੁਸੀਬਤਾਂ ਬਣਨਗੀਆਂ ਹਾਂਜੀ ਹਾਂਜੀ ਅਤੇ ਉਹ ਜਿਹੜੇ ਗੁਰਮੀਤ ਸਿੰਘ ਮੀਤ ਹੇਅਰ ਹੈ ਹਾਂਜੀ ਇਹਨਾਂ ਨੂੰ ਵੀ ਵੱਡੀ ਚੁਣੌਤੀ ਇਸ ਗੱਲ ਦੀ ਪੇਸ਼ ਹੋਊਗੀ ਠੀਕ ਹੈ ਜੀ ਨਿੱਕਾ ਜੀ ਇੱਕ ਗੱਲ ਚੱਲਦਿਆਂ ਜਾਂਦੇ ਜਾਂਦੇ ਕਿ ਜਿਹੜੀਆਂ ਆਮ ਤੌਰ 'ਤੇ ਤਾਂ ਜਿਹੜੀਆਂ ਹੁੰਦੀਆਂ ਰਾਜਿਆਂ ਦੀਆਂ ਕੋਠੀਆਂ ਮੰਨ ਲਓ ਮਹਿਲ ਹੁੰਦੇ ਸੀ ਉਹਨਾਂ ਦੀਆਂ ਦੀਵਾਰਾਂ ਉੱਚੀਆਂ ਹੁੰਦੀਆਂ ਸੀਗੀਆਂ ਅਤੇ ਆਪਣੇ ਜਿਹੜੇ ਸਿੱਖਿਆ ਮੰਤਰੀ ਜੀ ਨੇ ਇਹਨਾਂ ਦੇ ਜਿਹੜੇ ਨਾਲ ਲੱਗਦਾ ਪੈਟਰੋਲ ਪੰਪ ਹੈ ਕਹਿੰਦੇ ਉਹਨਾਂ ਦੀਆਂ ਵੀ ਕੰਧਾਂ ਉੱਚੀਆਂ ਚੱਕ ਦਿੱਤੀਆਂ ਮੰਗ ਜੀ ਇੱਥੇ ਤਾਂ ਮੈਂ ਥੋੜ੍ਹੀ ਜਿਹੀ ਇੱਕ ਗੱਲ ਹੋਰ ਮਤਲਬ ਐਡ ਕਰਨੀ ਚਾਹੁੰਦਾ ਵੀ ਕੰਧਾਂ ਠੀਕ ਹੈ ਵਾਕਈ ਸਹੀ ਗੱਲ ਹੈ ਲਗਭਗ ਮੈਨੂੰ ਲੱਗਾ 4-4 ਫੁੱਟ ਜਿਹੜੀ ਕੰਧ ਉੱਚੀ ਹੈ ਉਹਦੀ ਕਰਤੀ ਠੀਕ ਹੈ ਜੀ ਇਹਦੇ ਲਈ ਜਿਹੜਾ ਮਤਲਬ ਜਿਵੇਂ ਪੁਲਿਸ ਵਾਲਿਆਂ ਤੋਂ ਪਤਾ ਲੱਗਦਾ ਵੀ ਉਹ ਐਂ ਨਹੀਂ ਵੀ ਉਹ ਗੁਰਮੀਤ ਸਿੰਘ ਮੀਤ ਹੇਅਰ ਉਹਦੀ ਕੰਧ ਉੱਚੀ ਕਰਾ ਰਹੇ ਨੇ ਠੀਕ ਹੈ ਜੀ ਦੇਖੋ ਆਪਾਂ ਵਿਰੋਧ ਕਰਨ ਲਈ ਜੋ ਮਰਜ਼ੀ ਕਹਿ ਸਕਦੇ ਹਾਂ ਠੀਕ ਹੈ ਜੀ ਪਰ ਇੱਕ ਗੱਲ ਹੈ ਵੀ ਕਹਿੰਦੇ ਜਿਹੜੇ ਇਨਪੁੱਟ ਨੇ ਜਿਹੜੇ ਮਿਲ ਰਹੇ ਨੇ ਹਾਂਜੀ ਵੀ ਜਿਵੇਂ ਗੈਂਗਸਟਰਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਲੜਾਈ ਵਿੱਢੀ ਹੈ ਠੀਕ ਹੈ ਜੀ ਠੀਕ ਹੈ ਅਤੇ ਬਾਕੀ ਰਾਜਨੀਤਿਕ ਪਾਰਟੀਆਂ ਦੇ ਖਿਲਾਫ ਕਿਉਂ ਇਹਨਾਂ ਦੇ ਵੀ ਤਾਂ ਹੁਣ ਤੱਕ ਹੀ ਰਹੇ ਹੀ ਨੇ ਵੀ ਗੈਂਗਸਟਰਾਂ ਨੂੰ ਪਾਲਦੇ ਕੌਣ ਰਹੇ ਠੀਕ ਹੈ ਜੀ ਅਤੇ ਉਹਨਾਂ ਦਾ ਥਾਪੜਾ ਜਿਹੜਾ ਰਾਜਨੀਤਿਕ ਪਾਰਟੀਆਂ ਦੇ ਕੁਛ ਆਗੂਆਂ ਦਾ ਠੀਕ ਹੈ ਉਹ ਵੀ ਉਹਨਾਂ ਨਾਲ ਹੈ ਠੀਕ ਜਦੋਂ ਐਂ ਵੀ ਲੜਾਈ ਬੰਦਾ ਲੜਦਾ ਤਾਂ ਉਹ ਖਤਰੇ ਵੀ ਉਹਦੇ ਲਈ ਵੱਡੇ ਹੋ ਜਾਂਦੇ ਨੇ ਠੀਕ ਹੈ ਜੀ ਹੁਣ ਜਿਹੜੇ ਸਿਕਿਉਰਿਟੀ ਹੈ ਉਹ ਮਤਲਬ ਕਿਸੇ ਮੰਤਰੀ ਦੇ ਐੱਮ ਐੱਲ ਏ
ਵੀ ਇਹਨਾਂ ਦਾ ਘੇਰਾ ਇੰਨਾ ਟਾਈਟ ਕਰਤਾ। ਉਹ ਕਹਿੰਦੇ ਜੇ ਸਾਨੂੰ ਮੀਤ ਹੇਰ ਖੁਦ ਵੀ ਕਹਿ ਦੇਣ, ਹਾਂਜੀ ਹਾਂ, ਅਸੀਂ ਘੇਰਾ ਫਿਰ ਵੀ ਟਾਈਟ ਕਰਨੋਂ ਹਟ ਨਹੀਂ ਸਕਦੇ। ਠੀਕ ਹੈ, ਵੀ ਜਿੰਨਾ ਚਿਰ ਇਹ ਆਮ ਆਦਮੀ ਦੇ ਤੌਰ 'ਤੇ ਸੀ, ਇਹਨਾਂ ਨੂੰ ਖਤਰਾ ਕੋਈ ਨਹੀਂ ਸੀ। ਠੀਕ ਹੈ ਜੀ, ਇਹ ਤੁਰੇ ਫਿਰਦੇ ਰਹੇ। ਵੀ ਹੁਣ ਜ਼ਿੰਮੇਵਾਰੀ ਹੈ ਜਿਹੜੀ ਉਹ ਪ੍ਰਸ਼ਾਸਨ ਦੀ ਹੈ, ਵੀ ਅਸੀਂ ਕੋਈ ਉਹਦੇ 'ਚ ਕਤਾਹੀ ਨਹੀਂ ਕਰਨਾ ਚਾਹੁੰਦੇ। ਹੁਣ ਜਿਹੜੀ ਕੰਧ ਹੈ, ਜਿਵੇਂ ਆਪਾਂ ਉੱਚੀ ਦੀ ਗੱਲ ਕਰਦੇ ਹਾਂ, ਹਾਂਜੀ ਠੀਕ ਹੈ, ਵਿਰੋਧ ਕਰਨ ਲਈ ਕਿਹਾ ਜਾ ਸਕਦਾ ਵੀ ਉਹਨੇ ਤਾਂ ਕੰਧਾਂ ਆਲੇ ਦੁਆਲੇ ਦੀਆਂ ਵੀ ਉੱਚੀਆਂ ਕਰਾਤੀਆਂ। ਠੀਕ ਹੈ ਜੀ, ਠੀਕ ਹੈ, ਪਰ ਇੱਕ ਗੱਲ ਇਹ ਜ਼ਰੂਰ ਹੈ ਜੇ ਸਿਕਿਉਰਿਟੀ ਦਾ ਪਰਪਜ਼ ਹੈ, ਹਾਂਜੀ ਹਾਂ, ਉਹਦੇ 'ਤੇ ਤਾਂ ਫਿਰ ਉਹ ਪ੍ਰਸ਼ਾਸਨ ਦੇਖਦਾ ਨਾ ਵੀ ਉਹਨਾਂ ਨੇ ਕਿਵੇਂ ਸਿਕਿਉਰ ਰੱਖਣਾ। ਠੀਕ ਹੈ ਜੀ, ਜਿਵੇਂ ਮੰਨ ਲਓ ਜੇ ਕੋਈ ਵੱਡਾ ਨੇਤਾ ਆਉਂਦਾ ਵੀ ਹੈ, ਉਹ ਇੱਕ ਬਕਾਇਦਾ ਡੀ ਬਣਾ ਦਿੱਤੀ ਜਾਂਦੀ, ਜਿਹੜੇ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਆਲਾ ਦੁਆਲਾ ਜਿਹੜਾ, ਹਾਂਜੀ, ਉਹ ਕਿਸੇ ਵੀ ਹਮਲੇ ਤੋਂ ਜਿਹੜੀ ਬਚਾਇਆ ਜਾ ਸਕੇ। ਇਕੱਲੇ ਉਹਨੂੰ ਆਪਾਂ ਪ੍ਰਦਰਸ਼ਨਾਂ ਤੱਕ ਨਹੀਂ ਸੀਮਤ ਰੱਖ ਸਕਦੇ। ਠੀਕ ਹੈ ਜੀ, ਹੁਣ ਜੇ ਪ੍ਰਦਰਸ਼ਨਾਂ ਕਰਕੇ ਕਹੀਏ ਕੰਧ ਉੱਚੀ ਕਰਨ ਦੀ ਲੋੜ ਪੈ ਗਈ, ਉੱਥੇ ਅੱਜ ਤੱਕ ਤਾਂ ਇਹੋ ਜਿਹੀ ਕੋਈ ਘਟਨਾ ਹੋਈ ਨਹੀਂ ਸੀ ਵੀ ਉਹ ਕੰਧ ਟੱਪ ਕੇ ਕੋਈ ਪ੍ਰਦਰਸ਼ਨ ਕਰਨ ਵਗਿਆ ਹੋਵੇ। ਠੀਕ ਹੈ ਜੀ, ਅਤੇ ਨਾ ਹੀ ਕੋਈ ਇਹੋ ਜਿਹੀ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਜਥੇਬੰਦੀਆਂ ਆਪਦੇ ਹੱਕਾਂ ਲਈ ਲੜਦੀਆਂ ਨੇ, ਉਹ ਕੋਈ ਇਹ ਤਾਂ ਹੈ ਨਹੀਂ ਤਰੀਕਾ ਵੀ ਉਹਨਾਂ ਨੇ ਕੋਈ ਕੰਧਾਂ ਟੱਪ ਕੇ ਘਰ ਜਾ ਕੇ ਵੜਨਾ। ਠੀਕ ਹੈ, ਜਿਹੜੀ ਇਹ ਸੁਰੱਖਿਆ ਦੇ ਪਰਪਜ਼ ਨਾਲ, ਜਿਹੜਾ ਪੁਲਿਸ ਵਾਲੇ ਦੱਸਦੇ ਨੇ ਵੀ ਉਹ ਸੁਰੱਖਿਆ ਦੇ ਪਰਪਜ਼ ਨਾਲ ਜਿਹੜੀ ਕੰਧ ਹੈ ਉਹ ਉੱਚੀ ਕੀਤੀ ਗਈ ਹੈ। ਦੋਸਤੋ, ਜਿਸ ਤਰ੍ਹਾਂ ਕਿਤੇ ਵੀ ਕਿਸੇ ਵੀ ਸੰਸਥਾ ਦੇ ਵਿੱਚ ਕੋਈ ਪ੍ਰੈਜ਼ੀਡੈਂਟ ਕੋਈ ਸੈਕਟਰੀ ਮੰਨ ਲਓ ਕੰਮ ਕਰ ਰਿਹਾ ਹੈ, ਵਧੀਆ ਕੰਮ ਕਰ ਰਿਹਾ ਹੈਗਾ, ਤਾਂ ਇਹਦੇ ਨਾਲ ਨਾਲ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਰਪਸ਼ਨ ਫਰੀ ਮੰਨ ਲਓ ਪੰਜਾਬ ਦੀਆਂ ਜਿੰਨੀਆਂ ਵੀ ਨਗਰ ਕੌਂਸਲਾਂ ਹੈ ਉਹਦੇ ਵਿੱਚ ਕੁਰਸੀ ਦੇ ਨਾਲ ਬੰਨਿਆ ਵਾ ਕਮਿਸ਼ਨ ਹੈ, 18-18 20-20 25-25% ਮੰਨ ਲਓ। ਆਮ ਆਦਮੀ ਪਾਰਟੀ ਦਾ ਜਿਹੜਾ ਦੀ ਜਿਹੜੀ ਸੋਚ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਉਹ ਕਰਪਸ਼ਨ ਫਰੀ ਐਟਮੋਸਫੀਅਰ ਪੈਦਾ ਕਰਨਾ ਹੈਗਾ, ਉਸ ਕਮਿਸ਼ਨ ਖੋਰੀ ਨੂੰ ਰੋਕਣਾ ਹੈਗਾ, ਅਤੇ ਅਸੀਂ ਉਮੀਦ ਕਰਦੇ ਹਾਂ ਕਰਪਸ਼ਨ ਬਦਲਣ ਦੀ ਨਾ ਹੋਵੇ, ਵੀ ਹੱਥ ਇੱਕ ਬਦਲਿਆ ਦੂਜੇ ਚਲੇ ਜਾਵੇ। ਕਰਪਸ਼ਨ ਫਰੀ ਇਹ ਥੋੜਾ ਵੀ ਉੱਥੇ ਪ੍ਰਧਾਨਗੀ ਤੇ ਕਬਜ਼ਾ ਕਰਕੇ ਕਰਪਸ਼ਨ ਫਰੀ। ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਤਾਂ ਇਹ ਲੱਗਦਾ ਵੀ ਕਹਿੰਦੇ ਨਾ ਮਾਰੇ ਨਾ ਉਹ ਕਹਿੰਦੇ ਡਰਾਇਆ ਚੰਗਾ ਹੁੰਦਾ। ਠੀਕ ਹੈ ਜੀ, ਤੇ ਮੈਨੂੰ ਐਂ ਲੱਗਦਾ ਵੀ ਜੇ ਉਹ ਕੁੰਡਾ ਇਸ ਤਰ੍ਹਾਂ ਦਾ ਰੱਖਣ ਬਿਲਕੁਲ ਉਹ ਤਾਂ ਕਰਪਸ਼ਨ ਨਾ ਕਰਨ ਦੇਣ। ਬਿਲਕੁਲ ਬਿਲਕੁਲ, ਸਰਕਾਰਾਂ ਦੇ ਸਾਰੇ ਫੈਸਲੇ ਹੁੰਦੇ ਨੇ, ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਨੇਤਾ ਨੇ ਉਹ ਵੀ ਸਾਡਾ ਪ੍ਰੋਗਰਾਮ ਦੇਖਦੇ ਨੇ। ਸਾਡਾ ਕਹਿਣ ਦਾ ਭਾਵ ਇਹੀ ਹੈ ਕਿ ਉਹ ਨਗਰ ਕੌਂਸਲ ਬਰਨਾਲਾ ਦੇ ਉੱਪਰ ਚੈੱਕ ਰੱਖਣ, ਅਤੇ ਜਿਹੜੇ ਵੀ ਅਫਸਰ ਇਸ ਕਮਿਸ਼ਨ ਖੋਰੀ ਦੇ ਵਿੱਚ ਮੰਨ ਲਓ ਜ਼ਿੰਮੇਵਾਰ ਨੇ ਜਾਂ ਲੈਣਾ ਚਾਹੁੰਦੇ ਨੇ ਜਾਂ ਲੈਣਾ ਚਾਹੁੰਦੇ ਨੇ ਮੰਨ ਲਓ, ਉਹਨਾਂ ਦੇ ਉੱਪਰ ਚੈੱਕ ਰੱਖਣ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਚੇਂਜ ਹੈ ਜਿਹੜੀ ਨਗਰ ਕੌਂਸਲ ਦੇ ਵਿੱਚ ਅਜਿਹੀ ਦੇਖਣ ਨੂੰ ਮਿਲੇਗੀ। ਇਸ ਉਮੀਦ ਕਰਪਸ਼ਨ ਫਰੀ ਕਰਨ ਦੇ, ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਕਰਪਸ਼ਨ ਫਰੀ ਜਿਹੜਾ ਮਾਹੌਲ ਹੈ ਉਸ ਨੂੰ ਸਿਰਜਣ ਦੇ ਵਿੱਚ ਸਾਨੂੰ ਆਉਣ ਵਾਲੇ। ਆਮ ਆਦਮੀ ਪਾਰਟੀ ਆਪਦੀ ਜਿਹੜੀ ਤਾਕਤ ਹੈ ਉਹ ਲੋਕਾਂ ਨੂੰ ਰਾਹਤ ਦੇਣ ਵਾਲੇ ਪਾਸੇ ਚੱਲੇ, ਕੁਰਸੀ ਬਦਲਣਾ ਕੀ ਫਰਕ ਪੈਂਦਾ, ਕਿਹੜੇ ਨੂੰ ਬਿਠਾਤਾ ਕਿਹੜੇ ਨੂੰ ਨਾ ਬਿਠਾਤਾ। ਬਿਲਕੁਲ, ਮੰਨਣੀ ਤਾਂ ਦੇਖੋ ਇੱਥੇ ਪ੍ਰਧਾਨ ਚਾਹੇ ਕਾਂਗਰਸ ਦਾ, ਸੁਣਨੀ ਤਾਂ ਸਰਕਾਰ ਦੀ ਪੈਣੀ ਹੈ ਨਾ। ਬਿਲਕੁਲ ਬਿਲਕੁਲ, ਜੇ ਸਰਕਾਰ ਚੈੱਕ ਰੱਖੂਗੀ, ਹਾਂਜੀ, ਤੇ ਕਿਸੇ ਦੀ ਕੀ ਹਿੰਮਤ ਇੱਥੇ। ਹਾਂਜੀ ਹਾਂ, ਤੇ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਖਰੀਆਂ ਖਰੀਆਂ ਗੱਲਾਂ। ਆਉਂਦੇ ਦਿਨਾਂ ਦੇ ਵਿੱਚ ਚਲੰਤ ਮੁੱਦਿਆਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਨਮਸਕਾਰ।